ਇੱਕ ਬਹੁਤ ਹੀ ਇਮਾਨਦਾਰ ਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸਰਦਾਰ ਗੁਰਨਾਮ ਸਿੰਘ ਸੇਵਕ ਰਿਟਾਇਰ ਜੱਜ ਜੀ ਬਹੁਤ ਹੀ ਚੰਗੇ ਸਹਿਨਸ਼ੀਲਤਾ ਵਰਤੀ ਵਾਲੇ ਇਨਸਾਨ ਸਨ ਗੁਰੂ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ ਹਰ ਇੱਕ ਗਰੀਬ ਦਿਨ ਦੁਖੇ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ ਬੀਤੇ ਦਿਨੀ ਸਰਦਾਰ ਗੁਰਨਾਮ ਸਿੰਘ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ 10 ਅਕਤੂਬਰ ਦਿਨ ਐਤਵਾਰ ਗੁਰਦੁਆਰਾ ਅੰਗੀਠਾ ਸਾਹਿਬ ਜੀ ਲਬਿਆਣਾ ਨਜ਼ਦੀਕ ਪੁਰਾਣਾ ਬੱਸ ਅੱਡਾ ਫੇਜ਼ 8 ਮੋਹਾਲੀ ਵਿਖੇ ਪਾਈ ਗਈ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੀ ਸਿੱਖਿਆ ਦਿੱਤੀ ਸਰਦਾਰ ਗੁਰਨਾਮ ਸਿੰਘ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਸਰਦਾਰਨੀ ਪ੍ਰੀਤਮ ਕੌਰ ਧਰਮ ਪਤਨੀ ਸਰਦਾਰਨੀ ਬਲਜੀਤ ਕੌਰ ਭਾਬੀ ਸਰਦਾਰ ਸੁਰਜੀਤ ਸਿੰਘ ਭਰਾ ਸਰਦਾਰ ਭੁਪਿੰਦਰ ਸਿੰਘ ਭਰਾ ਸਰਦਾਰ ਗੁਰਨਾਮ ਬਿੰਦਰਾ ਸਿੰਘ ਸੇਵਕ ਯੂਫੀ ਸਾਬਕਾ ਐਮ ਸੀ ਸਪੁੱਤਰ ਅਤੇ ਸਰਦਾਰਨੀ ਹਰਜੀਤ ਕੌਰ ਗੁਰਪ੍ਰੀਤ ਕੌਰ ਜਿੰਨੀ ਸਪੁੱਤਰੀ ਗੁਰਸੀਰਤ ਕੌਰ ਸਾਬਕਾ ਡਿਪਟੀ ਐਡਵੋਕੇਟ ਜਨਰਲ ਸਪੁੱਤਰੀ ਗੁਰਨੀਤ ਕੌਰ ਸਪੁੱਤਰੀ ਪਰਸਪ੍ਰੀਤ ਸਿੰਘ ਗੰਧਰਵ ਸਿੰਘ ਦੋਤਰੇ ਜੋਵਿਸ ਗੁਰਨਾਮ ਬਿੰਦਰਾ ਸਿੰਘ ਸੇਵਕ ਪੋਤਰਾ ਅਤੇ ਸਮੂਹ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਵਾਹ ਵਧੀਆ ਵਧੀਆ ਦੱਸ ਦਿੰਦਾ ਦੋ ਮਿੰਟ ਹੋਲਡ ਕਰ ਯਾਰ ਮੈਂ ਤੁਹਾਨੂੰ ਬੈਕ ਕਾਲ ਕਰਦਾ ਮੈਂ ਕਰ ਸੈਸ਼ਨ ਜੱਜ ਸੁਰਗਵਾਸੀ ਗੁਰਨਾਮ ਸਿੰਘ ਜੀ ਸੇਵਕ ਵੱਲੋਂ ਸਮਾਜ ਵਿੱਚ ਗਰੀਬਾਂ ਦੀ ਭਲਾਈ ਲਈ ਲੋਕਾਂ ਨੂੰ ਜੁਡੀਸ਼ੀਅਲ ਪੱਖੋਂ ਇਨਸਾਫ ਦੇਣ ਖਿਡਾਰੀਆਂ ਅਤੇ ਰਾਜਨੀਤਿਕ ਪੱਖੋਂ ਵੱਡੇ ਪੱਧਰ 'ਤੇ ਕੀਤੇ ਗਏ ਸਮਾਜ ਸੇਵੀ ਕੰਮਾਂ ਕਰਕੇ
ਦੇਸ਼ ਵਿਦੇਸ਼ ਵਿੱਚ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ ਹਨ। ਜਿਨ੍ਹਾਂ ਨੇ ਆਪਣੀ ਸਰਵਿਸ ਮੌਕੇ ਹਰ ਇਨਸਾਨ ਨੂੰ ਇਨਸਾਫ ਦਿੱਤਾ, ਬੇਇਨਸਾਫ਼ੀ ਵਿਰੁੱਧ ਹਮੇਸ਼ਾ ਆਵਾਜ਼ ਬੁਲੰਦ ਕੀਤੀ ਅਤੇ ਸਮਾਜ ਸੇਵੀ ਕੰਮਾਂ ਨੂੰ ਹਮੇਸ਼ਾ ਤਰਜੀਹ ਦਿੱਤੀ। ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਜੀ ਸੇਵਕ, ਜਿਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ MA ਅਤੇ ਫਿਰ LLB ਅਤੇ ਇਸ ਤੋਂ ਇਲਾਵਾ ਉਹ ਪੰਜਾਬ ਯੂਨੀਵਰਸਿਟੀ ਭੰਗੜਾ ਟੀਮ ਦੇ ਕੈਪਟਨ ਵੀ ਰਹੇ। BA ਤੋਂ ਬਾਅਦ ਉਹਨਾਂ ਨੇ AG ਪੰਜਾਬ ਦੇ ਤੌਰ 'ਤੇ ਸੇਵਾ ਵੀ ਕਰਨ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਪੰਜਾਬ ਖਜ਼ਾਨਾ ਡਿਪਾਰਟਮੈਂਟ ਵਿੱਚ ਅਫਸਰ ਵਜੋਂ ਵੀ ਸੇਵਾ ਨਿਭਾਈ। ਉਹਨਾਂ ਨੇ ਉਹ ਸੇਵਾ ਬਲਾਚੌਰ ਚੰਡੀਗੜ੍ਹ ਵਿਖੇ ਕੀਤੀ। ਸੰਨ 1978 ਵਿੱਚ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਵਜੋਂ ਸਿਲੈਕਸ਼ਨ ਹੋਣ ਉਪਰੰਤ ਜਲੰਧਰ, ਗੜਸ਼ੰਕਰ, ਜ਼ੀਰਾ, ਲੁਧਿਆਣਾ, ਸਮਰਾਲਾ ਆਦਿ ਥਾਵਾਂ ਦੇ ਬਤੌਰ ਜੁਡੀਸ਼ੀਅਲ ਅਫਸਰ ਵਜੋਂ ਤੈਨਾਤ ਰਹੇ। ਸੰਨ 2000 ਵਿੱਚ ਲਗਭਗ 24 ਸਾਲਾਂ ਦੀ ਸਰਵਿਸ ਉਪਰੰਤ ਰਿਟਾਇਰ ਹੋਏ। ਉਪਰੰਤ ਉਹਨਾਂ ਵੱਲੋਂ ਸਮਾਜ ਸੇਵੀ ਕੰਮਾਂ ਨੂੰ ਸਮਰਪਿਤ ਰਹਿੰਦਿਆਂ ਗਰੀਬ ਭਲਾਈ ਪਾਰਟੀ ਬਣਾਈ ਗਈ, ਜਿਸ ਵਿੱਚ ਬਹੁਤ ਹੀ ਅਹਿਮ ਸ਼ਖਸੀਅਤਾਂ ਸ਼ਾਮਿਲ ਸਨ, ਜਿਨ੍ਹਾਂ ਵਿੱਚ ਰਾਜ ਬੱਬਰ ਦਾ ਨਾਮ ਵੀ ਸ਼ਾਮਿਲ ਹੈ। ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਸੇਵਕ ਇਨਸਾਨੀਅਤ ਵਾਲੇ ਗੁਣਾਂ ਨਾਲ ਭਰਪੂਰ ਅਹਿਮੀਅਤ ਸ਼ਖਸੀਅਤ ਸਨ। ਸੇਵਕ ਉਹ ਸੇਵਾ ਬਣਾਈ ਦੇ ਮਹਾਂਵਾਕ ਅਨੁਸਾਰ ਵਾਹਿਗੁਰੂ ਦੀ ਉਹਨਾਂ ਦੀ ਅਪਾਰ ਕਿਰਪਾ ਸੀ, ਜਿਨ੍ਹਾਂ ਵੱਲੋਂ ਹਮੇਸ਼ਾ ਸਮਾਜ ਦੀ ਸੇਵਾ ਕਰਨ ਲਈ ਸੋਚਿਆ ਜਾਂਦਾ ਰਿਹਾ। ਸਰਦਾਰ ਗੁਰਨਾਮ ਸਿੰਘ ਸੇਵਕ ਜੀ ਬਹੁਤ ਹੀ ਅਹਿਮ, ਮੈਂ ਕਹੂੰਗਾ ਸੁਭ ਚਿੰਤਕ ਐਡਵੋਕੇਟ ਜਨਰਲ ਸਰਦਾਰ ਬਲਬੀਰ ਸਿੰਘ ਸੇਵਕ ਨੇ ਉਹਨਾਂ ਬਾਰੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ ਸੰਨ 1965 ਦੇ ਲਗਭਗ ਬਣੀ ਫਿਲਮ ਹੀਰ ਰਾਂਝਾ ਵਿੱਚ ਵੀ ਉਹਨਾਂ ਵੱਲੋਂ ਆਪਣੀ ਭੰਗੜਾ ਟੀਮ ਦੇ ਕੈਪਟਨ ਵਜੋਂ ਅਹਿਮ ਰੋਲ ਅਦਾ ਕੀਤਾ। ਉਹਨਾਂ ਵੱਲੋਂ ਆਪਣੀ ਭੰਗੜਾ ਟੀਮ ਦੀ ਕਪਤਾਨੀ ਵਜੋਂ ਅਹਿਮ ਰੋਲ ਅਦਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਉਹਨਾਂ ਨਾਲ ਯਮਲਾ ਜੱਟ, ਅਮਰ ਸਿੰਘ ਚਮਕੀਲਾ, ਕੁਲਦੀਪ ਸਿੰਘ ਜੀ ਮਾਣਕ, ਜਗਤਾਰ ਸਿੰਘ ਜੀ ਜੱਗਾ, ਫਿਲਮੀ ਅਦਾਕਾਰ ਧਰਮਿੰਦਰ ਸਿੰਘ ਜੀ ਦਿਓਲ ਆਦਿ ਨਾਲ ਵੀ ਮਿਲ ਕੇ ਵੱਡੇ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਅਹਿਮ ਰੋਲ ਅਦਾ ਕੀਤਾ। ਇਸ ਤੋਂ ਇਲਾਵਾ ਨਾਟਕਕਾਰ ਬਲਵੰਤ ਸਿੰਘ ਗਾਰਗੀ, ਗੁਰਸ਼ਰਨ ਸਿੰਘ ਭਾਜੀ ਆਦਿ ਨਾਲ ਵੀ ਨਾਟਕਾਂ ਦੇ ਵਿੱਚ ਵੀ ਉਹਨਾਂ ਵੱਲੋਂ ਰੋਲ ਅਦਾ ਕੀਤੇ ਗਏ। ਅਤੇ ਇਸੇ ਦੌਰਾਨ ਉਹਨਾਂ ਨੇ ਸੱਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਖੇਡਾਂ ਪ੍ਰਤੀ ਵੀ ਵਿਸ਼ੇਸ਼ ਤੌਰ 'ਤੇ ਦਿਲਚਸਪੀ ਦਿਖਾਈ। ਇਸੇ ਦੌਰਾਨ ਪ੍ਰਸਿੱਧ ਪਹਿਲਵਾਨ ਇੰਟਰਨੈਸ਼ਨਲ ਪਹਿਲਵਾਨ ਦਾਰਾ ਸਿੰਘ, ਸੁੱਚਾ ਸਿੰਘ ਬਿੰਦਰਖੀਆ, ਕਾਲਾ ਸਿੰਘ ਪਹਿਲਵਾਨ ਕੁੰਬੜਾ, ਪਰਮਿੰਦਰ ਸਿੰਘ ਡੂਮਛੇੜੀ ਆਦਿ ਨਾਲ ਵੀ ਦੋਸਤਾਨਾ ਸੰਬੰਧ ਸਨ। ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਸੇਵਕ ਦੀ ਖੇਡਾਂ ਪ੍ਰਤੀ ਇੰਨੀ ਵੱਡੀ ਦਿਲਚਸਪੀ ਸੀ ਕਿ ਉਹਨਾਂ ਨੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਆਪਣੇ ਪਿਤਾ ਸਵਰਗਵਾਸੀ ਡਾਕਟਰ ਸੰਤ ਸਿੰਘ ਜੀ ਦੇ ਨਾਮ 'ਤੇ ਪਿੰਡ ਵਿੱਚ ਪੰਜਾਬ ਸਟਾਈਲ ਕਬੱਡੀ ਟੂਰਨਾਮੈਂਟ ਵੀ ਕਰਵਾਇਆ, ਜਿਸ ਦਾ ਸਾਰਾ ਖਰਚਾ ਉਹਨਾਂ ਨੇ ਆਪਣੇ ਵੱਲੋਂ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਦੇ ਵਿਆਹਾਂ ਵਿੱਚ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਵੱਡੇ ਪੱਧਰ 'ਤੇ ਆਰਥਿਕ ਮਦਦ ਵੀ ਕੀਤੀ ਜਾਂਦੀ ਸੀ, ਜਿਸ ਕਰਕੇ ਉਹਨਾਂ ਨੂੰ ਸਮਾਜ ਸੇਵ ਦੇ ਲੋਕਾਂ ਵਿੱਚ ਹਮੇਸ਼ਾ ਯਾਦ ਕੀਤਾ ਜਾਵੇਗਾ। ਰਿਟਾਇਰਮੈਂਟ ਤੋਂ ਬਾਅਦ ਜੇਕਰ ਉਹਨਾਂ ਸਿਆਸੀ ਜੀਵਨ ਵਿੱਚ ਝਾਤੀ ਮਾਰੀ ਜਾਵੇ ਤਾਂ ਉਹਨਾਂ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਗਿਆਨੀ ਸਾਬਕਾ ਰਾਸ਼ਟਰਪਤੀ ਸਵਰਗਵਾਸੀ ਗਿਆਨੀ ਜੈਲ ਸਿੰਘ, ਮਹਾਰਾਣੀ ਪ੍ਰਤੀਕ ਕੌਰ, ਸ਼ਮਸ਼ੇਰ ਸਿੰਘ ਦੁੱਲੋਂ, ਹਰਚੰਦ ਸਿੰਘ ਜੀ ਸਾਬਕਾ MP, ਪ੍ਰਿਥੀ ਸਿੰਘ ਆਜ਼ਾਦ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਦਿ ਨਾਲ ਵੀ ਪਰਿਵਾਰਕ ਸੰਬੰਧ ਹਨ। ਸਵਰਗਵਾਸੀ ਮਾਤਾ ਬਚਨ ਕੌਰ ਜੀ ਕੁੱਖੋਂ ਪੈਦਾ ਹੋਏ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਪਹਿਚਾਣ ਬਣਾਉਣ ਵਾਲੇ ਸਵਰਗਵਾਸੀ ਸਰਦਾਰ ਗੁਰਨਾਮ ਸਿੰਘ ਜੀ ਸੇਵਕ ਦੇ ਪਰਿਵਾਰ ਵਿੱਚ ਸ਼ਾਮਿਲ ਉਹਨਾਂ ਦਾ ਬੇਟਾ ਗੁਰਨਾਮ ਸਿੰਘ, ਗੁਰਨਾਮ ਬਿੰਦਰ ਸਿੰਘ, ਬਿੰਦਰਾ ਸਿੰਘ ਸੇਵਕ, ਸਾਬਕਾ
ਕੌਂਸਲਰ ਮੋਹਾਲੀ ਤੋਂ ਇਲਾਵਾ ਉਹਨਾਂ ਦੀ ਪਤਨੀ ਬੀਬੀ ਪ੍ਰੀਤਮ ਕੌਰ, ਬੇਟੀ ਜਿੰਨੀ, ਬੱਬੀ ਅਤੇ ਮੋਨਾ ਪਰਿਵਾਰ ਵੀ ਸ਼ਾਮਿਲ ਹਨ, ਜਿਨ੍ਹਾਂ ਵੱਲੋਂ ਆਪਣੇ ਪਿਤਾ ਦੇ ਕਰਮਾਂ 'ਤੇ ਚੱਲਦੇ ਹੋਏ ਹਮੇਸ਼ਾ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦਿੱਤੀ ਹੈ। ਸਰਦਾਰ ਗੁਰਨਾਮ ਸਿੰਘ ਜੀ ਸੇਵਕ ਅਤੇ ਨਿਯਮਤ ਅੱਜ ਇੱਥੇ ਅਸੀਂ ਸਾਰੇ ਇਕੱਠੇ ਹੋਏ ਹਾਂ ਅਤੇ ਉਸ ਇਕੱਠ ਦੇ ਵਿੱਚ ਵੀ ਮੈਂ ਹੁਣ ਸਰਦਾਰ ਸੁਦਰਸ਼ਨ ਸਿੰਘ ਜੀ ਜੋ ਚੇਅਰਮੈਨ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸ਼ਰਧਾ ਦੇ ਭੁੱਲ ਭੇਟ ਕਰ। ਉਹਨਾਂ ਤੋਂ ਬਾਅਦ ਸਰਦਾਰ ਤਿਲੋਕ ਸਿੰਘ ਜੀ ਚੌਹਾਨ, ਜਿਹੜੇ ਕਿ ਸਾਬਕਾ ਧੰਨ ਧੰਨ ਸਰਾਇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੱਜੇ ਮੇਰੇ ਰੰਗਲੇ ਜਾਏ ਸੁੱਤੇ ਜੈਰਾਨ, ਅੱਜ ਆਪਾਂ ਇੱਕ ਇਹੋ ਜਿਹੀ ਸ਼ਖਸੀਅਤ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਮੇਰੀ ਭਾਵਨਾ ਜਿਹੜੇ ਥੋੜੇ ਦਿਨ ਪਹਿਲਾਂ ਕੁਝ ਸਮਾਂ ਬਿਮਾਰ ਰਹਿ ਕੇ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ ਸਰਦਾਰ ਗੁਰਨਾਮ ਸਿੰਘ ਜੀ ਸੇਵਕ, ਉਸ ਤੋਂ ਭਾਵਨਾ ਹੈ ਅੱਜ ਆਪਾਂ ਇਸ ਸੇਵਕ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਸਾਰੇ ਰਿਸ਼ਤੇਦਾਰ, ਸਾਕ ਸੰਬੰਧੀ ਔਰ ਵੱਖੋ ਵੱਖ ਸਮਾਜ ਦੇ ਖੇਤਰਾਂ 'ਚੋਂ ਵਧੀਆ ਇਨਸਾਨ, ਜਿਨ੍ਹਾਂ ਨੇ ਘੜੀ ਦੋ ਘੜੀ ਪਲ ਦੋ ਪਲ ਨਾਲ ਬਿਤਾਇਆ, ਜਿਨ੍ਹਾਂ ਨੂੰ ਕਿਸੇ ਨੇ ਪਤਾ ਲੱਗਿਆ, ਸਾਰੇ ਹੀ ਆਪਾਂ ਕੀਮਤੀ ਸਮਾਂ ਕੱਢ ਕੇ ਹਰਿਆਣਾ, ਪੰਜਾਬ ਦੇ ਕੋਨੇ ਕੋਨੇ ਤੋਂ ਅੱਜ ਇੱਥੇ ਆਪਣੀ ਹਾਜ਼ਰੀਆਂ ਲਵਾਉਣ ਲਈ, ਅਰਦਾਸ ਸ਼ਾਮਲ ਹੋਣ ਲਈ ਪਹੁੰਚੇ ਨੇ ਆਪਾਂ ਅਰਦਾਸ ਕਰਨ। ਜਿਵੇਂ ਰਾਗੀ ਸਿੰਘ ਬੜਾ ਹੀ ਬਰਾਗ ਹੋਈ ਕੀਮਤ ਕਰ ਰਹੇ ਸੀ, ਔਰ ਫਿਰ ਅਸੀਸਾਂ ਦਾ ਸਭ ਦਿਓ ਸੱਜਣ ਅਸੀਸਰੀ ਜੋ ਹੋ ਗਏ ਸਹਿਜ ਸੰਗੇ, ਔਰ ਖੇਤ ਚੜ੍ਹਦੇ ਕਲਾ ਦਾ ਜੈਕਾਰਿਆਂ ਦਾ ਦੇਹ ਸਿੱਧਾ ਬੰਦ ਹੋ ਗਏ, ਉਸ ਨੂੰ ਕਰ ਬੰਦੇ ਕੋ ਪੂਰਾ ਕਰ ਦੇ। ਉਹ ਇਹ ਜਿਹੇ ਇਨਸਾਨ ਜੇ ਸ਼ਖਸੀਅਤ ਦੇ ਅੰਦਰ ਉਦਾਸ ਜਾਂ ਹਮੇਸ਼ਾ ਹੀ ਚੜ੍ਹਦੇ ਕਲਾ ਦਾ ਪ੍ਰਤੀਕ ਰਿਹਾ ਹੈ, ਤਾਂ ਸਵਾਸਾਂ ਦਾ ਉਹਦਾ ਬਣਦਾ ਹੈ। ਉਹ ਮਨ ਜਾਣ ਤੋਂ ਉਸ ਦੇ ਪਹਿਲਾਂ ਸ਼ਾਇਦ ਇੱਕ ਮਨ ਪਹਿਲਾਂ ਕੋਈ ਰੱਖੇ ਗਿਆ ਸੀ ਘਰ ਸਾਡੇ ਪੰਚਾਇਤ ਵੀਰ ਗੋਪਾਲ ਜੀ ਬੀਬੀ ਸਿੰਘ ਭੈਣਾ ਸਿੰਘ ਦੇ ਮੇਰੇ ਨਾਲ ਗੱਲਾਂ ਵੀ ਕਰਦੇ, ਉਹਦੇ ਚੜ੍ਹਦੀ ਕਲਾ ਦੇ ਪ੍ਰਤੀਕ ਸਿੰਘ ਚੜ੍ਹਦੀ ਕਲਾ ਦੀ ਗੱਲਾਂ ਕਰਦੇ। ਮੇਰੇ ਨਾਲ ਬਹੁਤ ਲੰਬਾ ਸਮਾਂ ਇਹਨਾਂ ਦਾ ਬਹੁਤ ਵਾਸਤਾ ਰਿਹਾ, ਬੜੇ ਮਿੱਤਰਾਂ ਦੇ ਮਿੱਤਰ, ਦੋਸਤਾਂ ਦੇ ਦੋਸਤ, ਦੁੱਖ ਸੁੱਖ ਦੇ ਥਾੜੀ ਸਾਰੇ ਭਾਵੇਂ ਕਿ ਅਸੀਂ ਇਸ ਸੰਸਾਰ 'ਚ ਜਦੋਂ ਵਿਚਰਦੇ ਹਾਂ ਆਪਾਂ ਰੱਬ ਨੂੰ ਮੰਨਣ ਵਾਲੇ ਹਾਂ, ਔਰ ਇਹ ਜਿਹੜੇ ਭਾਣੇ ਸਾਰਿਆਂ ਦੇ ਦੌਰਾਨ ਬੋਲੇ ਆ, ਇਹ ਸਰੀਰ ਜਿਹੜਾ ਹੈ ਇਹ ਅਸਥਿਰ ਹੈ, ਕਿਸੇ ਟਾਈਮ ਵੀ ਭਾਣਾ ਬਰ ਸਕਦਾ, ਪਰਮਾਤਮਾ ਨਜਾ ਸਕਦਾ ਕਿਸੇ ਵੀ ਤਰੀਕੇ ਦਾ ਕਿਸੇ ਦਿਮਾਗ ਦੇ, ਪਰ ਆਪਾਂ ਨੂੰ ਤਕੜਾ ਹੋਣ ਲਈ ਸਾਨੂੰ ਬਹੁਤ ਵੱਡੀ ਇੱਕ ਦਾਤ ਮਿਲੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਪੀਰਾਂ ਫਕੀਰਾਂ ਗੁਰੂਆਂ ਫਕੀਰਾਂ ਦੇ ਸਾਹਮਣੇ ਸਾਨੂੰ ਦਿੱਤੀ ਹੋਈ ਦਿਨ ਬਾਣੀ ਉਹਨਾਂ ਦੇ ਰੂਪੀ ਬਾਣੀ ਸਾਨੂੰ ਤਕੜਾ ਕਰਕੇ ਭਾਣਾ ਮੰਨਣ ਲਈ। ਆਪਾਂ ਸਵੇਰੇ ਆਸਾ ਦੀ ਵਾਰ ਪੜ੍ਹਦੇ ਹਾਂ, ਉਹ ਸ਼ੌਕ ਆ ਜੰਗਲਾ ਮੰਨਣਾ ਹੁਕਮੈ ਭਾਣੇ ਆਵੇ ਜਾਵੇ, ਜਿਹੜੇ ਗੁਰਸੇ ਸੋਹਰੇ ਸਾਹਿਬ ਦਾ ਪਾਠ ਕਰਦੇ ਨੇ ਸ਼ੌਦਾ ਜੰਗਲਾ ਮੰਨਣਾ ਹੁਕਮੈ, ਅਤੇ ਆਪ ਜਾਣੇ ਕਿ ਫਿਰ ਮੈਂ ਅੱਗੇ ਆ ਕਰਦੇ ਕਿੰਨੀ ਵਾਰ ਹੈ ਹੋਇਆ ਅੱਗੇ ਆ ਕੇ ਕਹੇ ਨਾਇਕ ਨਾ ਭਾਵੇਂ ਦਲੇ ਸੋਏ, ਜਦੋਂ ਚੌਪਾਈ ਸਾਹਿਬ ਦੇ ਪਾਠ ਕਰਦੇ ਆ ਉਹ ਤਾਂ ਕਾਲ ਪਏ ਵਰਨਾ ਗੁਪਤਾ, ਕਾਲ ਪਏ ਸੇਜੀ ਗੁਪਤਾ, ਕਾਲ ਪਏ ਤੁਸੀਂ ਪ੍ਰਦਾਸਾ ਸਕਲ ਕਾਲ ਕਰਦੀ ਆ ਤੋਂ ਸਕਲ ਦਾ ਕਹਿਣ ਦਾ ਭਾਵ, ਭਾਵੇਂ ਵੱਡੇ ਵੱਡੇ ਪੀਰ ਪੀਰ ਬਾਬੇ ਲਾਲਕ ਵਰਗੇ ਵੀ ਸੰਸਾਰ ਦੇ ਨਹੀਂ ਰਹੇ ਹੋ ਚਲੇ, ਜਦੋਂ ਭੋਗ ਦੇ ਸ਼ਬਦ ਆਉਂਦੇ ਆ ਨਾਮ ਕੇ ਉਹ ਨਾਮ ਕੇ ਵਿਆਪਕ ਬਹੁਤ ਭਗਵਾਨ ਨਾਨਕ ਸਿੰਘ ਪਿਛਲੇ ਸੁਭਨ ਜੋ ਸੰਸਾਰ ਇਹ ਸੰਸਾਰ
ਵਿੰਦਰ ਸਿੰਘ ਚੌਹੀ ਜੀ ਔਰ ਬੇਟੀਆਂ ਇਹਨਾਂ ਦੇ ਭਰਾ ਕੇ ਦੱਸੇ ਹੋਣਾ ਉਹ ਸਾਰੇ ਸਗੇ ਸਾਥੀਆਂ ਨੇ ਪਰ ਆਪਾਂ ਭਰਾ ਸਹਿ ਸਕਦੇ ਗੁਰੂ ਮਹਾਰਾਜ ਜੀ ਆਪਾਂ ਦੱਸ ਸਕਦੇ ਕਰ ਸਕਦੇ ਕਿੰਨੀਆਂ ਆਪਾਂ ਨੇ ਦੱਸ ਸਕਦੇ ਗੁਰੂ ਸਾਹਿਬ ਸਿੱਖਾਂ ਦੇ ਕੇ ਗਏ ਨੇ ਸਾਨੂੰ ਬੇਟੀ ਕਦੇ ਤੌਰ ਜਾਣ ਕੇ ਅਰਦਾਸ ਨਾਨਕ ਜੋਤ ਗੋਬਿੰਦ ਕਾ ਪੂਰਨ ਗੁਣਦਾਸ ਭਾਵ ਜਦੋਂ ਸੰਕਟ ਦੇ ਰੂਪ ਦੇ ਜਪ ਅਰਦਾਸ ਕਰਦੇ ਆ ਉਦੋਂ ਪਹਿਲਾਂ ਹੀ ਕਹਿੰਦੇ ਬੇਸ ਵਿਸਰੇ ਗੁਰੂ ਇੱਕੀ ਵਿਸਰੇ ਸੰਗਤ ਸੰਕਟ ਦੇ ਦਾਸ ਦੇ ਤੇਰ ਕਦੇ ਵਿਖੇ ਨਹੀਂ ਜਾਂਦੀ ਔਰ ਅਰਦਾਸ ਤੋਂ ਬਾਅਦ ਜਿਹੜਾ ਸ਼ਬਦ ਭਾਈ ਸਾਹਿਬ ਨੇ ਪੜ੍ਹਿਆ ਧਰਾ ਸਾਰੀ ਮਰਦਾ ਪੰਜਵਾਂ ਔਖੀ ਘੜੀ ਦਾ ਦੇਖਣ ਲਈ ਆਪਣੇ ਬਿਰਧ ਸਮਾਜ ਦੇ ਹਾਕ ਦੇ ਲਾ ਕੇ ਆਪਣੇ ਕੋਲ ਸਾਸ ਸਾਸ ਪਿੰਡ ਪਾਉਂਦੇ ਮਤਲਬ ਜਾਣ ਵਾਲੇ ਪੁਰਾਣੇ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਦਿਸ਼ਾ ਨਿਰਦੇਸ਼ ਮਿਲ ਜਾਂਦਾ ਹੈ ਕਿ ਉਹਦਾ ਅਗਲਾ ਜੀਵਨ ਕਿਹੋ ਜਿਹਾ ਹੋਵੇਗਾ ਇਹਨਾਂ ਦੇ ਬਾਰੇ ਜੇ ਆਪਾਂ ਗੱਲ ਕਰੀਏ ਬਹੁਤ ਲੰਮਾ ਸਮਾਂ ਲੱਗ ਜਾਵੇਗਾ ਬਹੁਤ ਹੀ ਮਤਲਬ ਵਧੀਆ ਇਨਸਾਨ ਇਹੋ ਜਿਹਾ ਇਨਸਾਨ ਕਦੇ ਕਦੇ ਹੀ ਇਹ ਸੰਸਾਰੀ ਯਾਤਰਾ ਦੇ ਮਿਲਦੇ ਨੇ ਕਿਸੇ ਨਾਲ ਬੇਇਨਸਾਫੀ ਨਹੀਂ ਕੀਤੀ ਗਰੀਬ ਤੇ ਰਹਿਮ ਕਰਨਾ ਦੋਸਤਾਂ ਮਿੱਤਰਾਂ ਦੇ ਨਾਲ ਪੂਰੀ ਤਰ੍ਹਾਂ ਨਿਭਣਾ ਕਦੇ ਦਗਾ ਨਹੀਂ ਕਰਨਾ ਔਰ ਆਪਣੇ ਸਮਾਜ ਨੂੰ ਉੱਚਾ ਚੱਕਣ ਤੇ ਹਮੇਸ਼ਾ ਵਿਉਂਤ ਵਧੇ ਕਰਦੇ ਰਹਿਣਾ ਇਹ ਹੋਣਾ ਵੀ ਚਾਹੀਦਾ ਜਿੱਥੇ ਜਿਸ ਸਮਾਜ ਰਹਿੰਦਾ ਬੰਦਾ ਜਿਸ ਗਰੁੱਪ 'ਚ ਰਹਿੰਦਾ ਬੰਦਾ ਜੇ ਚਾਰ ਸੱਜਣ ਇਕੱਠੇ ਹੋ ਕੇ ਚੱਲ ਕੇ ਉਹਦੇ ਦੁੱਖ ਸੁੱਖ ਸਾਂਭ ਹੋ ਕੇ ਉਹਦੀ ਮਦਦ ਕਰੀ ਚੱਕੀ ਉੱਪਰ ਨੂੰ ਚੱਕੇ ਵੀ ਬਹੁਤ ਇਹਨਾਂ ਦੇ ਉੱਪਰ ਔਰ ਸਾਡਾ ਵੀ ਮੈਂ ਤਾਂ ਗੁਰੂ ਦਾ ਸ਼ੁਕਰ ਕਰਦਾ ਕਿ ਮੈਨੂੰ ਇਹ ਸੱਜਣ ਮਿੱਤਰ ਜ਼ਿੰਦਗੀ 'ਚ ਮਿਲੇ ਜਿਹਨਾਂ ਨੇ ਸਮੇਂ ਸਮੇਂ 'ਤੇ ਸਾਨੂੰ ਐਡਵਾਈਜ ਵੀ ਕੀਤਾ ਤਕੜੇ ਵੀ ਕੀਤਾ ਭਰੋਸਾ ਵੀ ਦਿੱਤਾ ਅਸੀਂ ਨਾਲ ਲੱਗੇ ਨੇ ਚੱਲਦੇ ਨੇ ਸੋ ਭਾਵੇਂ ਕਿ ਆਪਾਂ ਘਾਟ ਤਾਂ ਪੂਰੀ ਨਹੀਂ ਕਰ ਸਕਦੇ ਜਿਵੇਂ ਕਿ ਪਹਿਲਾਂ ਸਾਡੇ ਸੱਜਣ ਨੇ ਦੱਸਿਆ ਕਿ ਜ਼ਿੰਦਗੀ 'ਚ ਇਹਨਾਂ ਨੇ ਕਿਵੇਂ ਕਿਵੇਂ ਪੜ੍ਹਾਈ ਕੀਤੀ ਕਿਵੇਂ ਕਿਵੇਂ ਕਿਹੜੇ ਕਿਹੜੇ ਖੇਤਰ 'ਚ ਕੰਮ ਕੀਤਾ ਸਾਰਾ ਦੱਸ ਕੇ ਗਏ ਨੇ ਉਹ ਬੜੇ ਖੁਸ਼ ਹੋਏ ਸੀ ਚੜ੍ਹਦੇ ਕਲਾ ਦੇ ਪ੍ਰਤੀਕ ਸਨ ਔਰ ਫਿਰ ਜਦੋਂ ਨੇ ਰਿਟਾਇਰਮੈਂਟ ਹੋਣ ਤੋਂ ਬਾਅਦ ਪਾਰਟੀ ਬਣਾਈ ਸੀ ਗਰੀਬ ਭਲਾਈ ਪਾਰਟੀ ਮੈਂ ਉਸ ਪਾਰਟੀ 'ਚ ਪਹਿਲੀ ਮੀਟਿੰਗ 'ਚ ਹਾਜ਼ਰ ਸੀ ਔਰ ਉਸ ਪਾਰਟੀ ਦੇ ਸੰਵਿਧਾਨ ਦੇ ਮੈਂ ਗੁਰੂ ਦੇ ਹਾਜ਼ਰੀ ਦੱਸਦਾ ਮੈਂ ਇਹ ਬਣਾਉਣ ਦੇ ਵਿੱਚ ਸਹਿਯੋਗ ਦਿਆ ਸੀ ਕਿ ਮੇਰਾ ਬਹੁਤ ਲੰਬਾ ਸਮਾਂ ਰਾਜਨੀਤੀ ਚੱਲਿਆ ਮੈਂ 26 ਸਾਲ ਦੀ ਉਮਰ ਚੇਅਰਮੈਨ ਲੱਗ ਗਿਆ ਸੀ ਅਤੇ ਇਹਨਾਂ ਦੇ ਦਿਸ਼ਾ ਨਿਰਦੇਸ਼ ਲੈ ਕੇ ਹੁਣ ਤੱਕ ਸਾਡੀ ਯਾਰੀ ਚੱਲਦੀ ਰਹੀ ਅਤੇ ਅੱਗੋਂ ਵੀ ਮੈਂ ਆਸ ਅਤੇ ਉਮੀਦ ਰੱਖਦਾ ਸਾਡੇ ਪੁੱਤਰ ਜਿਹੜੇ ਰਾਜਨੀਤਿਕ ਖੇਤਰ 'ਚ ਚੱਲ ਰਹੇ ਨੇ ਔਰ ਮੋਹਾਲੀ ਵਰਗੀ ਕਾਰਪੋਰੇਸ਼ਨ ਦੇ ਵਿੱਚ ਸਖ਼ਤ ਮੁਕਾਬਲਾ ਲੜ ਕੇ ਮਿਊਨਸਪਲ ਕੌਂਸਲ ਦੀ ਸੀਟ 'ਤੇ ਕਾਬਲੇ ਨੇ ਬਹੁਤ ਲੰਬਾ ਸਮਾਂ ਆਪਣੀ ਲੰਬੀ ਸੇਵਾ ਕੀਤੀ ਉਹ ਅਗਲੀ ਕਤਾਰਾਂ ਜਦੋਂ ਕੋਈ ਵਿਚਰ ਗਏ ਔਰ ਜਿੱਥੋਂ ਵੀ ਕਿਤੇ ਸਾਡਾ ਸਹਿਯੋਗ ਅਸੀਂ ਸਾਡਾ ਮੰਗਣ ਗਿਆ ਅਸੀਂ ਦੇਵਾਂਗੇ ਅਸੀਂ ਚਾਹਵਾਂਗੇ ਕਿ ਇਹ ਉਹਨਾਂ ਦੇ ਘਾਟ ਸਰਦਾਰ ਕਰਨਾਮ ਸਿੰਘ ਦੇ ਸੇਵਕ ਸਾਹਿਬ ਦੇ ਘਾਟ ਦਾ ਪੁੱਤਰ ਹੋਣਾ ਸਪੁੱਤਰ ਪੂਰੀ ਕਰੇ ਔਰ ਸਾਨੂੰ ਇਸ 'ਚ ਚਾਨਣਾ ਨਜ਼ਰ ਆਉਂਦਾ ਇਹ ਜੋਤ ਜਗਦੀ ਰਹੇ ਪਰਮਾਤਮਾ ਇਹੋ ਜਿਹੀ ਇਸ ਪਰਿਵਾਰ 'ਤੇ ਕਿਰਪਾ ਰੱਖੇ ਇੰਨੀਆਂ ਅਰਦਾਸਾਂ ਬੇਨਤੀ ਕਰਦਾ ਮੈਂ ਆਪ ਸਭ ਦਾ ਧੰਨਵਾਦ ਕਰਦਾ ਖੇਮਾ ਚਾਹੁੰਦਾ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਤੋਂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਮਹਾਨ ਸ਼ਖਸੀਅਤ ਸਰਦਾਰ ਗੁਰਨਾਮ ਸਿੰਘ ਸੇਵਕ ਰਿਟਾਇਰ ਦਾ ਸਨਮਾਨ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਰਹੇ ਹਾਂ ਮੈਂ ਬਹੁਤਾ ਸਮਾਂ ਨਹੀਂ ਲੈਣਾ ਕੁਝ ਦਿਨ ਪਹਿਲਾਂ ਮੈਨੂੰ ਮੇਰੇ ਮੋਬਾਈਲ 'ਤੇ ਕਿਸੇ ਨੇ ਪੋਸਟ ਪਾਈ ਲਿਖਿਆ ਸੀ ਵੱਡਾ ਆਦਮੀ ਉਹ ਹੁੰਦਾ ਹੈ ਜੋ ਆਪਣੇ ਕੋਲ ਬੈਠੇ ਛੋਟੇ ਆਦਮੀ ਨੂੰ ਛੋਟਾ ਨਾ ਮਹਿਸੂਸ ਹੁੰਦਾ ਬੜੀਆਂ ਡੂੰਘੀਆਂ ਲੈਂਦਾ ਸੀ ਪ੍ਰਭਾਵਪੂਰਵ ਸੀ ਮੈਂ ਆਪਣੇ ਆਲੇ ਦੁਆਲੇ ਆਪਣੇ ਸਰਕਲ 'ਚ ਨਿਗਾਹ ਮਾਰੀ ਵੀ ਇੱਦਾਂ ਦਾ ਕਿਹੜਾ ਸ਼ਖਸ ਹੈ ਜਿਹੜਾ ਬਹੁਤ ਮਹਾਨ ਹੋਵੇ ਔਰ ਆਪ
ਸਾਹਮਣੇ ਕੋਲ ਬੈਠੇ ਕਿਸੇ ਇਨਸਾਨ ਨੂੰ ਛੋਟਾ ਨਾ ਮਹਿਸੂਸ ਕਰੂੰਗਾ। ਮੇਰੀ ਨਿਗਾਹ ਸਰਦਾਰ ਗੁਰਨਾਮ ਸਿੰਘ ਸੇਵਕ ਤੇ ਗਈ, ਕਿਉਂਕਿ ਜਦੋਂ ਵੀ ਮਿਲਣਾ ਛੋਟੇ ਹੁੰਦੇ ਹੀ ਮਿਲਣਾ, ਜਦੋਂ ਰਾਜ ਪੰਜਾਬ ਯੂਨੀਵਰਸਿਟੀ ਪੜ੍ਹੇ ਸੀ ਉਦੋਂ ਵੀ ਮਿਲਣਾ, ਉਹਨਾਂ ਨੇ ਹਮੇਸ਼ਾ ਹੀ ਉਤਸ਼ਾਹਿਤ ਕਰਨ ਦੀ ਗੱਲ ਕਰਨੀ। ਜਦੋਂ ਪਹਿਲੀ ਵਾਰ ਮੈਨੂੰ ਪੰਜਾਬ ਸਰਕਾਰ ਨੇ ਰਿਸ਼ੀ ਰਾਣੋ ਕੇ ਜਨਰਲ ਆਇਆ, ਮੈਨੂੰ ਫੋਨ ਆਇਆ, ਕਹਿੰਦੇ ਬੇਟਾ ਇਹ ਦੰਦੇ ਪੁੱਤਰ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਰਕਾਰ ਰੱਖੀ। ਜਦੋਂ ਵੀ ਕੋਈ ਇੱਦਾਂ ਦਾ ਮੈਟਰ ਸਾਹਮਣੇ ਆਉਣਾ ਤਾਂ ਮੈਨੂੰ ਸਰਦਾਰ ਗੁਰਨਾਮ ਸਿੰਘ ਸੇਵਕ ਉਹਨਾਂ ਦੀ ਗੱਲ ਯਾਦ ਆਈ। ਇੱਕ ਛੋਟੀ ਜਿਹੀ ਉਦਾਹਰਨ ਹੈ ਜਿਹੜੀ ਸਿੱਖਿਆ ਉਹਨਾਂ ਤੋਂ ਅਸੀਂ ਲਈ। ਮੇਰੇ ਕੋਲ ਦੇ ਵਿੱਚ ਇੱਕ ਕੇਸ ਆਇਆ, ਬਹੁਤ ਗਰੀਬ ਜਿਹੇ ਲੋਕਾਂ ਦਾ ਜਿਨ੍ਹਾਂ ਨੂੰ ਬਹੁਤ ਬੜੇ ਬੱਚੇ ਸਿਆਣੇ ਬੰਦੇ ਬੱਚੇ ਪੜ੍ਹੇ ਲਿਖੇ ਬੈਠੇ ਆ, 50-60 ਸਾਲ ਪਹਿਲਾਂ ਜ਼ਮੀਨਾਂ ਰੌਕ ਕੀਤੀਆਂ ਸੀ ਸਰਪ੍ਰਸਤ ਨਹਿਰ ਤੋਂ, ਗਲਤਾਂ ਨੂੰ ਜਾਂ ਬੇਕਿਸਾਨੇ ਜਿਹੜੇ ਬੇਵੀਲੇ ਕਿਸਾਨ ਸੀ ਉਹਨਾਂ ਗਰੀਬਾਂ ਨੇ ਉਹ ਜ਼ਮੀਨਾਂ ਹਾਸਲ ਕਰਕੇ ਉੱਥੇ ਵੱਡੇ ਝੁੰਡ ਵੱਡੇ ਸੜਕੜੇ ਵੱਡੇ ਉਹ ਜ਼ਮੀਨਾਂ ਨੂੰ ਅਵਾਰ ਕੀਤਾ। ਜਦੋਂ ਜ਼ਮੀਨਾਂ ਅਵਾਰ ਹੋ ਗਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਮਾਫੀਆ ਟਾਈਪ ਨੇ ਉਹਨਾਂ ਦੀ ਨਿਗਾਹ ਉਹਨਾਂ ਜ਼ਮੀਨਾਂ ਦੇ ਨਾਲ ਲੱਗ ਗਈ। ਉਹ ਜਦੋਂ ਕੇਸ ਕੋਰਟ ਦੇ ਵਿੱਚ ਆਇਆ ਤਾਂ ਮੈਂ ਦੇਖਿਆ ਪਿੱਛੇ ਨੂੰ ਉਹ ਵਿਚਾਰੇ ਗਰੀਬ ਦੇ ਲੋਕ ਬੈਠੇ, ਤਾਂ ਮੈਨੂੰ ਫਿਰ ਸਰਦਾਰ ਗੁਰਨਾਮ ਸਿੰਘ ਸੇਵਕ ਉਹਨਾਂ ਦੀ ਗੱਲ ਯਾਦ ਆ ਗਈ। ਕਹਿੰਦੇ ਬੇਟਾ ਗਰੀਬਾਂ ਦਾ ਖਿਆਲ। ਮੈਂ ਬੜੇ ਇਮਾਨਦਾਰੀ ਨਾਲ ਕਹਿ ਰਿਹਾ, ਮੈਂ ਜੱਜ ਸਾਹਿਬ ਨੂੰ ਕਿਹਾ ਵੀ ਮੈਂ ਕੇਸ ਨੂੰ ਦਰਜ ਕੀਤਾ। ਮੈਨੂੰ ਕਹਿੰਦੇ ਮਿਸਟਰ ਸਾਹਿਬ ਯੂ ਆਰ ਤਾਂ ਗੌਰਮੈਂਟ, ਮੈਂ ਕਿਹਾ ਆਈ ਨੋ, ਮੈਨੂੰ ਪਤਾ ਮੈਂ ਗੌਰਮੈਂਟ ਔਰ ਮੈਂ ਕੇਸ। ਉਹ ਕੇਸ ਰਾਹ ਹੋ ਗਿਆ। ਉਸ ਸਮੇਂ ਬਾਅਦ ਉਹਨਾਂ ਨੂੰ ਡਾਕੂਮੈਂਟਾਂ ਆਉਂਦੀਆਂ ਨੇ, ਉਹ ਬੜੇ ਵਕੀਲ ਸਾਹਿਬ ਵੀ ਬੈਠੇ ਉਹਨੂੰ ਪਤਾ, ਉਹ ਫਿਰ ਰਾਤ ਤੋਂ ਆਉਂਦੀਆਂ ਵੀ ਕੇਸ 'ਚ ਅਪੀਲ ਕਰਨੀ ਬਣ ਗਈ ਜਾਂ ਨਹੀਂ ਬਣ ਗਈ। ਮੇਰੇ ਕੋਲ ਫਿਰ ਉਹ ਵੀ ਫਾਈਲ ਆ ਗਈ, ਉਹਦੇ ਲਿਖਿਆ ਵੀ ਇਹ ਕੇਸ ਆਪਣੀ ਰਾਏ ਦਿੱਤੀ ਜਾਵੇ, ਇਸ ਕੇਸ ਦੇ ਵਿੱਚ ਅਪੀਲ ਕਰਨੀ ਬਣਦੀ ਜਾਂ ਨਹੀਂ ਬਣਦੀ। ਮੈਂ ਮੋਟੇ ਫਰਜ ਲਿਖਤਾ ਇਟ ਇਜ਼ ਨਾਟ ਪਰਫੈਕਟ ਕੇਸ ਬਣ ਗਈ, ਵੀ ਇਹ ਕੇਸ ਅਪੀਲ ਕਰਨ ਦੇ ਯੋਗ ਨਹੀਂ। ਸੋ ਇਹ ਜਿਹੜੀ ਸਿੱਖਿਆ ਇਹ ਸਰਦਾਰ ਗੁਰਨਾਮ ਸਿੰਘ ਸੇਵਕ ਉਹਨਾਂ ਤੋਂ ਮਿਲੀ। ਜਦੋਂ ਵੀ ਕਦੇ ਮੈਂ ਵੀ ਜਦੋਂ ਵੀ ਕੋਈ ਵੀ ਉਹਨਾਂ ਕੋਲ ਜਾਂਦਾ ਸੀ ਕਦੇ ਵੀ ਮੈਂ ਨਾਰਾਜ਼ ਨਹੀਂ ਛੋੜਦਾ, ਕਿਸੇ ਨੇ ਕੋਈ ਕੰਮ ਨੂੰ ਜਾਣਾ, ਉਹਨਾਂ ਦਾ ਦਾਇਰਾ ਬਹੁਤ ਵੱਡਾ ਸੀ। ਉਹਨਾਂ ਨੇ ਜਦੇ ਆਪਣੀ ਡਾਇਰੀ ਕੱਢਣੀ, ਟੈਲੀਫੋਨ ਲੱਭਣਾ ਅਤੇ ਆਪਣਾ ਫੋਨ ਕਰਨਾ, ਕੰਮ ਭਾਵੇਂ ਹੁੰਦਾ ਜਾਂ ਨਹੀਂ ਹੁੰਦਾ ਹੋਰ ਕਿਹੜੀ ਗੱਲ ਆ, ਪਰ ਉਹਨਾਂ ਦੀ ਭਾਵਨਾ ਸੀ ਜੋ ਵੀ ਇਹ ਗਰੀਬ ਆਦਮੀ, ਕਿਉਂਕਿ ਮੈਨੂੰ ਪਤਾ ਸੇਵਕ ਸਾਹਿਬ ਵੀ ਇੱਕ ਗਰੀਬ ਪਰਿਵਾਰ ਤੋਂ ਦੱਬੇ ਕੁਚਲੇ ਪਰਿਵਾਰ ਤੋਂ ਉੱਠ ਕੇ ਆਪਣੀ ਇਮਾਨਦਾਰੀ ਨਾਲ ਜਾਂਚ ਕਰਨ ਮਿਹਨਤ ਕਰਕੇ ਜੱਜ ਲੱਗੇ ਕਾਨੂੰਨ ਦੇ ਉਹ ਸਾਈਜੋ ਵਧੀਆ ਮੈਂ ਕਹਿ ਸਕਦਾ। ਉਹਨਾਂ ਨੂੰ ਇੰਨਾ ਕਾਨੂੰਨ ਆਉਂਦਾ ਸੀ, ਜਦੋਂ ਵੀ ਕੋਈ ਉਹਨਾਂ ਬਾਰੇ ਕੋਈ ਮਨ ਮੁੱਟੀ ਗੱਲ ਪੁੱਛਣੀ ਨਾ, ਉਹਨਾਂ ਨੇ ਜਦੇ ਸਮਝਾ ਦੇਣੀ ਉਹਨਾਂ ਨੇ। ਸੋ ਕੋਈ ਬਹੁਤਾ ਸਮਾਂ ਨਹੀਂ ਲੈਣਾ, ਇਹੋ ਜਿਹੀ ਸ਼ਖਸੀਅਤ ਬਾਰੇ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਆ। ਉਹ ਕੇਵਲ ਇੱਕ ਇਨਸਾਨ ਦਾ ਇੱਕ ਬੰਦਾ ਹੈ, ਸ਼ਖਸ ਨਹੀਂ ਸੀ, ਪੂਰੀ ਯੂਨੀਵਰਸਿਟੀ ਮੈਂ ਕਹਿ ਸਕਦਾ ਉਹਨਾਂ ਕੋਲ ਇੰਨਾ ਨੌਲੇਜ ਸੀਗਾ। ਸੋ ਅੱਜ ਦੇ ਇਸ ਜੋ ਸਾਡਾ ਅੰਤਮ ਅਰਦਾਸ ਦਾ ਸਮਾਗਮ ਹੈ, ਮੈਂ ਤਾਂ ਇਹੀ ਕਹਾਂਗਾ ਵੀ ਇਹੋ ਜਿਹੇ ਮਹਾਨ ਸ਼ਖਸੀਅਤ ਤੋਂ ਦੀ ਲਾਈਫ ਉਹਨਾਂ ਦੇ ਜੀਵਨ ਤੋਂ ਸਾਨੂੰ ਗੁਰ ਸਿੱਖਿਆ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਅਸੀਂ ਵੀ ਉਹਨਾਂ ਦੱਬੇ ਕੁਚਲੇ ਪਰਿਵਾਰਾਂ 'ਚੋਂ ਆ ਕੇ ਮਿਹਨਤ ਕਰਕੇ ਭਾਵੇਂ ਉੱਚੇ ਅਹੁਦਿਆਂ 'ਤੇ ਵੀ ਆ ਗਏ, ਪਰ ਸਾਡਾ ਵੀ ਫਰਜ਼ ਬਣਦਾ ਕਿ ਜਿਹੜੇ ਸਾਡੇ ਪਿੱਛੇ ਭੈਣ ਭਰਾ ਰਿਸ਼ਤੇਦਾਰ ਵੀਰ ਰਹਿ ਗਏ ਨੇ, ਸਾਡਾ ਵੀ ਫਰਜ਼ ਬਣਦਾ ਉਹਨਾਂ ਦਾ ਵਿਚਾਰ ਰੱਖੀਏ। ਇਹਨਾਂ ਗੱਲਾਂ ਨਾਲ ਮੈਂ ਬਹੁਤ ਨਹੀਂ ਕਹਿੰਦਾ, ਆ ਇੱਕ ਗੱਲ ਜ਼ਰੂਰ ਕਹੂੰਗਾ ਕਿ ਸਮਾਜ ਦੇ ਵਿੱਚ ਉਹ ਇਸ ਤਰ੍ਹਾਂ ਵਿਚਰਦੇ ਸੀ, ਹਰ ਬੰਦੇ ਦੇ ਉਹਨਾਂ ਨੇ ਕਿਸੇ ਫੰਕਸ਼ਨ 'ਤੇ ਗਮੀ ਖੁਸ਼ੀ 'ਚ ਜਾਣਾ। ਸਾਡੇ ਪਰਿਵਾਰ 'ਚ ਤਾਂ ਉਹਨਾਂ ਦਾ ਬਹੁਤ ਵੱਡਾ
ਸਾਡੇ ਪਾਸ਼ਨਾ ਵਿਕਾਰ ਸਾਡੇ ਨਹੀਂ ਆ ਸਕਦੇ ਸੀ ਪਰ ਮੈਨੂੰ ਮਾਣ ਸਾਡਾ ਛੋਟਾ ਭਰਾ ਜੋਪੀ ਤੇ ਸਾਡੇ ਨਿਆਣਿਆਂ ਦੇ ਮਹਾਂ ਦੇ ਮੁੰਡੇ ਹੀ ਮਾਤਾ ਦਾ ਤੁਹਾਡੀ ਛੋਟੀ ਭੈਣ ਬੀਬੀ ਆਪਣਾ ਰਜੀਤ ਕੌਰ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਪਾਸ਼ਨਾ ਵਿਕਾਰ ਦੇ ਸਾਡਾ ਸਾਥ ਦਿੰਦੇ ਰਹੇ ਨੇ ਸੋ ਸਾਨੂੰ ਵੀ ਉਹਨਾਂ ਦੇ ਪੈਰ ਪੂਰਨਿਆਂ ਪਏ ਚੱਲਣਾ ਚਾਹੀਦਾ ਸਿੱਖਿਆ ਲੈਣੀ ਚਾਹੀਦੀ ਹੈ ਸਮਾਜ ਸੇਵਾ ਦੇ ਵਿੱਚ ਸਾਡਾ ਵੀ ਥੋੜ੍ਹਾ ਬਹੁਤਾ ਜਿੰਨਾ ਵੀ ਯੋਗਦਾਨ ਹੋਣਾ ਚਾਹੀਦਾ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤਾ ਦੁੱਖ ਜਾਹਰ ਕਰਨ ਦੀ ਗੱਲ ਨਹੀਂ ਕਰਦਾ ਔਰ ਸਾਹਿਬ ਸੇਵਾ ਸਿੰਘ ਪਟਨ ਬਹੁਤ ਵਧੀਆ ਕਵਿਤਾਵਾਂ ਲਿਖਦੇ ਨੇ ਕਿਤਾਬਾਂ ਲਿਖਦੇ ਨੇ ਮੈਨੂੰ ਸਾਹਿਬ ਭਰਾ ਗੁਰਦਾਸ ਜੀ ਦੀ ਲਾਈਨ ਯਾਦ ਆਈ ਆ ਜਦੋਂ ਉਹਨਾਂ ਨੇ ਲਾਸਟ ਰਹੋ ਕਿ ਜੋ ਸ਼ਾਇਦ ਪ੍ਰਬੋਧਨ ਹੈ ਕਿਤਾਬ ਉਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਮੇਰੀ ਮੌਤ 'ਤੇ ਨਾ ਹੋ ਮੇਰੀ ਸੋਚ ਨੂੰ ਉਤਾਰੋ ਇਹੋ ਜਿਹੇ ਸ਼ਖਸੀਆਂ ਜਿਹੜੇ ਸਾਨੂੰ ਛੱਡ ਕੇ ਚਲੇ ਜਾਂਦੇ ਨੇ ਪਰ ਉਹਨਾਂ ਨੇ ਉਹਨਾਂ ਦੀ ਸੋਚ ਆ ਉਹਨੂੰ ਬਚਾਉਣਾ ਉਹਨੂੰ ਅੱਗੇ ਲੈ ਕੇ ਚੱਲਣਾ ਮੈਂ ਤਾਂ ਹਮਕਿਆਲ ਸਾਥੀ ਨਾਲ ਇਹ ਵੀ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਸੀ ਜਦੋਂ ਇਹਨਾਂ ਨੇ ਬਹੁਤ ਵੱਡੀ ਸੁਖੇ ਸ਼ਕਤੀ ਸਾਹਿਬ ਨੂੰ ਉਹਨਾਂ ਦੀ ਜ਼ਿੰਮੇਵਾਰੀ ਬਾਰੇ ਦੱਸਿਆ ਵੀ ਛੋਟੀ ਮੋਟੀ ਕੋਈ ਸੰਸਥਾ ਜਾਂ ਟਰੱਸਟ ਬਣਾ ਕੇ ਉਹਨਾਂ ਦੇ ਨਾਂ 'ਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਈਏ ਤਾਂ ਹੀ ਇਹ ਸਹੀ ਸ਼ਰਧਾਂਜਲੀ ਹੋਊਗੀ ਤਾਂ ਹੀ ਅਸੀਂ ਉਹਨਾਂ ਦੇ ਪੂਰੇ ਉੱਤੇ ਚੱਲ ਕੇ ਆਪਣੇ ਸਮਾਜ ਦੀ ਸੇਵਾ ਕਰ ਸਕਾਂਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦਿਓ ਸ਼ਿਵ ਪਰਿਵਾਰ ਨੂੰ ਮਾਣਾ ਮਨ ਦਾ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਤਮਾਨ ਪਰਮ ਸਤਿਕਾਰ ਦੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਹੁਤ ਹੀ ਮਹਾਨ ਸ਼ਖਸੀਅਤ ਸਰਦਾਰ ਗੁਰਨਾਮ ਸਿੰਘ ਸੇਵਕ ਰਿਟਾਇਰ ਕਰ ਸਾਹਿਬਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਰਹੇ ਆਇਆ ਮੈਂ ਬਹੁਤਾ ਸਮਾਂ ਨਹੀਂ ਲੈਣਾ ਕੁਝ ਦਿਨ ਪਹਿਲਾਂ ਮੈਨੂੰ ਮੇਰੇ ਮੋਬਾਈਲ 'ਤੇ ਕਿਸੇ ਨੇ ਪੋਸਟ ਪਾਈ ਲਿਖਿਆ ਸੀ ਵੱਡਾ ਆਦਮੀ ਉਹ ਹੁੰਦਾ ਹੈ ਜੋ ਆਪਣੇ ਕੋਲ ਬੈਠੇ ਛੋਟੇ ਆਦਮੀ ਨੂੰ ਛੋਟਾ ਨਾ ਮਹਿਸੂਸ ਹੁੰਦਾ ਬੜੀਆਂ ਡੂੰਘੀਆਂ ਲੈਂਦਾ ਸੀ ਪ੍ਰਭਾਵਪੂਰਕ ਸੀ ਮੈਂ ਆਪਣੇ ਆਲੇ ਦੁਆਲੇ ਆਪਣੇ ਸਰਕਲ 'ਚ ਨਿਗਾਹ ਮਾਰੀ ਵੀ ਇੱਦਾਂ ਦਾ ਕਿਹੜਾ ਸ਼ਖਸ ਹੈ ਜਿਹੜਾ ਬਹੁਤ ਮਹਾਨ ਹੋਵੇ ਔਰ ਆਪਣੇ ਕੋਲ ਬੈਠੇ ਕਿਸੇ ਇਨਸਾਨ ਨੂੰ ਛੋਟਾ ਨਾ ਮਹਿਸੂਸ ਹੁੰਦਾ ਤਾਂ ਮੇਰੀ ਨਿਗਾਹ ਸਰਦਾਰ ਗੁਰਨਾਮ ਸਿੰਘ ਸੇਵਕ 'ਤੇ ਗਈ ਕਿਉਂਕਿ ਜਦੋਂ ਵੀ ਮਿਲਣਾ ਛੋਟੇ ਹੁੰਦੇ ਹੀ ਮਿਲਣਾ ਜਦੋਂ ਰਾਜ ਪੰਜਾਬ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਵੀ ਮਿਲਣਾ ਉਹਨਾਂ ਨੇ ਹਮੇਸ਼ਾ ਹੀ ਉਤਸ਼ਾਹਿਤ ਕਰਨ ਦੀ ਗੱਲ ਕਰਨੀ ਜਦੋਂ ਪਹਿਲੀ ਵਾਰ ਮੈਨੂੰ ਪੰਜਾਬ ਸਰਕਾਰ ਨੇ ਐਡਮਿਸ਼ਨ ਐਡਵੋਕੇਟ ਮੈਨੂੰ ਲਾਇਆ ਮੈਨੂੰ ਫੋਨ ਆਇਆ ਕਹਿੰਦੇ ਬੇਟਾ ਇਹ ਦੱਬੇ ਕੁਚਲੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸਰਕਾਰ ਰੱਖੀ ਜਦੋਂ ਵੀ ਕੋਈ ਇੱਦਾਂ ਦਾ ਮੈਟਰ ਸਾਹਮਣੇ ਆਉਣਾ ਤਾਂ ਮੈਨੂੰ ਸਰਦਾਰ ਗੁਰਨਾਮ ਸਿੰਘ ਸੇਵਕ ਉਹਨਾਂ ਦੀ ਗੱਲ ਜਾ ਰਹੀ ਹੈ ਇੱਕ ਛੋਟੀ ਜਿਹੀ ਉਦਾਹਰਨ ਹੈ ਜਿਹੜੀ ਸਿੱਖਿਆ ਉਹਨਾਂ ਤੋਂ ਅਸੀਂ ਲਈ ਮੇਰੇ ਕੋਲ ਦੇ ਵਿੱਚ ਇੱਕ ਕੇਸ ਆਇਆ ਬਹੁਤ ਗਰੀਬ ਦੇ ਲੋਕਾਂ ਦਾ ਜਿਹਨਾਂ ਨੂੰ ਬਹੁਤ ਸਿਆਣੇ ਬੰਦੇ ਬੈਠੇ ਪੜ੍ਹੇ ਲਿਖੇ ਬੈਠੇ ਆ 50-60 ਸਾਲ ਪਹਿਲਾਂ ਜ਼ਮੀਨਾਂ ਅਲਾਟ ਕੀਤੀਆਂ ਸੀ ਸਰਪ੍ਰਸਤ ਡੈਮ 'ਚ ਗਲਤਾਂ ਨੂੰ ਜਾਂ ਬੇਕਿਸਾਨੇ ਜਿਹੜੇ ਬੇਵੀਲੇ ਕਿਸਾਨ ਸੀ ਉਹਨਾਂ ਗਰੀਬਾਂ ਨੇ ਉਹ ਜ਼ਮੀਨਾਂ ਹਾਸਲ ਕਰਕੇ ਉੱਥੇ ਵੱਡੇ ਝੁੰਡ ਵੱਡੇ ਸੜਕੜੇ ਵੱਡੇ ਉਹ ਜ਼ਮੀਨਾਂ ਨੂੰ ਅਵਾਰ ਕੀਤਾ ਜਦੋਂ ਜ਼ਮੀਨਾਂ ਅਵਾਰ ਹੋ ਗਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਜਿਹੜਾ ਮਾਫੀਆ ਟਾਈਪ ਨੇ ਉਹਨਾਂ ਦੀ ਨਿਗਾਹ ਉਹਨਾਂ ਜ਼ਮੀਨਾਂ ਦੇ ਨਾਲ ਲੱਗ ਗਈ ਉਹ ਜਦੋਂ ਕੇਸ ਕੋਰਟ ਦੇ ਵਿੱਚ ਆਇਆ ਤਾਂ ਮੈਂ ਦੇਖਿਆ ਪਿੱਛੇ ਨੂੰ ਉਹ ਵਿਚਾਰੇ ਗਰੀਬ ਦੇ ਲੋਕ ਬੈਠੇ ਤਾਂ ਮੈਨੂੰ ਫਿਰ ਸਰਦਾਰ ਗੁਰਨਾਮ ਸਿੰਘ ਸੇਵਕ ਉਹਨਾਂ ਦੀ ਗੱਲ ਯਾਦ ਆ ਗਈ
ਅਨਵੇਕਾ ਜੀਵਾਂ ਦਾ ਕਾਰਨ। ਮੈਂ ਬੜੇ ਮਾਰਗਰੀ ਨਾਲ ਕਹਿ ਰਿਹਾ, ਮੈਂ ਸ਼ਾਹ ਸਾਹਿਬ ਨੂੰ ਕਿਹਾ ਵੀ ਮੈਂ ਕੇਸ ਨੂੰ ਦਰਜ ਕੀਤਾ। ਮੈਨੂੰ ਕਹਿੰਦੇ ਮਿਸਟਰ ਸਾਹਿਬ ਯੂ ਆਰ ਦਾ ਗੌਰਮੈਂਟ, ਮੈਂ ਕਿਹਾ ਆਈ ਨੋ, ਮੈਨੂੰ ਪਤਾ ਮੈਂ ਗੌਰਮੈਂਟ ਹਾਂ, ਔਰ ਮੈਂ ਕੇਸ, ਉਹ ਕੇਸ ਰਾਹ ਹੋ ਗਿਆ। ਉਸ ਸਮੇਂ ਬਾਅਦ ਉਹਨੂੰ ਡਾਕੂਮੈਂਟਾਂ ਆਉਂਦੀਆਂ ਨੇ, ਉਹ ਬੜੇ ਵਕੀਲ ਸਾਹਿਬ ਵੀ ਬੈਠੇ, ਉਹਨੂੰ ਪਤਾ, ਉਹ ਫਿਰ ਰਾਤ ਤੋਂ ਆਉਂਦੀਆਂ ਵੀ ਕੇਸ 'ਚ ਅਪੀਲ ਕਰਨੀ ਬਣਦੀ ਜਾਂ ਨਹੀਂ ਬਣਦੀ। ਮੇਰੇ ਕੋਲ ਫਿਰ ਉਹ ਵੀ ਫਾਈਲ ਆ ਗਈ, ਉਹਦੇ ਲਿਖਿਆ ਵੀ ਇਹ ਕੇਸ ਆਪਣੀ ਰਾਜ ਵਿੱਚ ਜਾਵੇ, ਇਸ ਕੇਸ ਦੇ ਵਿੱਚ ਅਪੀਲ ਕਰਨੀ ਬਣਦੀ ਜਾਂ ਨਹੀਂ ਬਣਦੀ। ਮੈਂ ਮੋਟੇ ਅੱਖਰਾਂ 'ਚ ਲਿਖਤਾ, ਇਟ ਇਜ਼ ਨਾਟ ਅ ਫੈਕਟ ਕੇਸ ਫਾਰ ਅਪੀਲ, ਵੀ ਇਹ ਕੇਸ ਅਪੀਲ ਕਰਨ ਦੇ ਯੋਗ ਨਹੀਂ। ਸੋ ਇਹ ਜਿਹੜੀ ਸਿੱਖਿਆ ਸਰਦਾਰ ਗੁਰਨਾਮ ਸਿੰਘ ਸਿੰਘ ਉਹਨਾਂ ਤੋਂ ਮਿਲੀ, ਜਦੋਂ ਵੀ ਕਦੇ ਮੈਂ ਵੀ ਜਦੋਂ ਵੀ ਕੋਈ ਵੀ ਉਹਨਾਂ ਕੋਲ ਜਾਂਦਾ ਸੀ, ਕਦੇ ਵੀ ਮੈਂ ਨਾਰਾਜ਼ ਨਹੀਂ ਸੁਣਦਾ ਕਿਸੇ ਨੇ ਕੋਈ ਕੰਮ ਨੂੰ ਜਾਣਾ। ਉਹਨਾਂ ਦਾ ਦਾਇਰਾ ਬਹੁਤ ਵੱਡਾ ਸੀ, ਉਹਨਾਂ ਨੇ ਜਦੇ ਆਪਣੀ ਡਾਇਰੀ ਕੱਢਣੀ, ਟੈਲੀਫੋਨ ਲੱਭਣਾ ਅਤੇ ਆਪਣਾ ਫੋਨ ਕਰਨਾ, ਕੰਮ ਭੰਗ ਹੁੰਦਾ ਜਾਂ ਨਹੀਂ ਹੁੰਦਾ ਉਹ ਕਿਹੜੀ ਗੱਲ ਆ, ਪਰ ਉਹਨਾਂ ਦੀ ਭਾਵਨਾ ਸੀ ਜੋ ਵੀ ਇਹ ਗਰੀਬ ਆਦਮੀ, ਕਿਉਂਕਿ ਮੈਨੂੰ ਪਤਾ ਸੇਵਕ ਸਾਹਿਬ ਵੀ ਇੱਕ ਗਰੀਬ ਪਰਿਵਾਰ ਤੋਂ, ਦੱਬੇ ਕੁਚਲੇ ਪਰਿਵਾਰ ਤੋਂ, ਆਪਣੀ ਮਾਨ ਗਾੜੀ ਨਾਲ ਜਾਤ ਲੈਣ ਮਿਹਨਤ ਕਰਕੇ ਜੱਜ ਲੱਗੇ, ਕਾਨੂੰਨ ਦੇ ਉਹ ਸਾਈਜੋ ਵਧੀਆ ਮੈਂ ਕਹਿ ਸਕਦਾ। ਉਹਨਾਂ ਨੂੰ ਇੰਨਾ ਕਾਨੂੰਨ ਆਉਂਦਾ ਸੀ, ਜਦੋਂ ਵੀ ਕੋਈ ਉਹਨਾਂ ਬਾਰੇ ਕੋਈ ਮਾੜੀ ਮੋਟੀ ਗੱਲ ਪੁੱਛਣੀ ਨਾ, ਉਹਨਾਂ ਨੇ ਜਦੇ ਸਮਝਾ ਦੇਣੀ ਉਹਨਾਂ ਨੇ। ਸੋ ਕੋਈ ਬਹੁਤਾ ਸਮਾਂ ਨਹੀਂ ਲੈਣਾ, ਇਹੋ ਜਿਹੀ ਸ਼ਖਸੀਅਤ ਬਾਰੇ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਆ। ਉਹ ਕੇਵਲ ਇੱਕ ਇਨਸਾਨ ਦਾ ਇੱਕ ਬੰਦਾ ਹੈ, ਇੱਕ ਸ਼ਖਸ ਨਹੀਂ ਸੀ, ਉਹ ਪੂਰੀ ਯੂਨੀਵਰਸਿਟੀ ਮੈਂ ਕਹਿ ਸਕਦਾ ਉਹਨਾਂ ਕੋਲ ਇੰਨਾ ਨੌਲੇਜ ਸੀਗਾ। ਸੋ ਅੱਜ ਦੇ ਇਸ ਜੋ ਸਾਡਾ ਅੰਤਮ ਅਰਦਾਸ ਦਾ ਸਮਾਗਮ ਹੈ, ਮੈਂ ਤਾਂ ਇਹੀ ਕਹਾਂਗਾ ਵੀ ਇਹੋ ਜਿਹੇ ਮਹਾਨ ਸ਼ਖਸੀਅਤ ਤੋਂ ਦੀ ਲਾਈਫ, ਉਹਨਾਂ ਦੇ ਜੀਵਨ ਤੋਂ ਸਾਨੂੰ ਕੁਝ ਸਿੱਖਿਆ ਲੈ ਕੇ ਚੱਲਣਾ ਚਾਹੀਦਾ, ਕਿਉਂਕਿ ਅਸੀਂ ਵੀ ਉਹਨਾਂ ਦੱਬੇ ਕੁਚਲੇ ਪਰਿਵਾਰਾਂ 'ਚੋਂ ਆ ਕੇ ਮਿਹਨਤ ਕਰਕੇ ਭਾਵੇਂ ਉੱਚੇ ਅਹੁਦਿਆਂ 'ਤੇ ਵੀ ਆ ਗਏ, ਪਰ ਸਾਡਾ ਵੀ ਫਰਜ਼ ਬਣਦਾ ਕਿ ਜਿਹੜੇ ਸਾਡੇ ਪਿੱਛੇ ਭੈਣ ਭਰਾ ਰਿਸ਼ਤੇਦਾਰ ਵੀਰ ਰਹਿ ਗਏ ਨੇ, ਸਾਡਾ ਵੀ ਫਰਜ਼ ਬਣਦਾ ਉਹਨਾਂ ਦਾ ਧਿਆਨ ਰੱਖੀਏ। ਇਹਨਾਂ ਗੱਲਾਂ ਦਾ ਮੈਂ ਬਹੁਤ ਨਹੀਂ ਕਹਿੰਦਾ, ਪਰ ਇੱਕ ਗੱਲ ਜ਼ਰੂਰ ਕਹੂੰਗਾ ਵੀ ਸਮਾਜ ਦੇ ਵਿੱਚ ਉਹ ਇਸ ਤਰ੍ਹਾਂ ਵਿਚਰਦੇ ਸੀ, ਹਰ ਬੰਦੇ ਦੇ ਉਹਨਾਂ ਨੇ ਕਿਸੇ ਫੰਕਸ਼ਨ 'ਤੇ ਗਮੀ ਖੁਸ਼ੀ 'ਚ ਜਾਣਾ। ਸਾਡੇ ਪਰਿਵਾਰ 'ਚ ਤਾਂ ਉਹਨਾਂ ਦਾ ਬਹੁਤ ਵੱਡਾ ਹੱਥ ਰਿਹਾ, ਭਾਵੇਂ ਉਹ ਕੁਛ ਸਮੇਂ ਤੋਂ ਬਿਮਾਰ ਸੀ, ਸਾਡੇ ਫੰਕਸ਼ਨਾਂ ਵਿਆਹ ਸ਼ਾਦੀ 'ਚ ਨਹੀਂ ਆ ਸਕਦੇ ਸੀ, ਪਰ ਮੈਨੂੰ ਮਾਣ ਹੈ ਸਾਡਾ ਛੋਟਾ ਭਰਾ ਜੋਬੀ ਅਤੇ ਸਾਡੇ ਨਿਆਣਿਆਂ ਦੇ ਮਹਿਲਾਂ ਦੇ ਮੁੰਡੇ ਵੀ ਵੱਧ ਰਹੇ, ਸਾਡੀ ਛੋਟੀ ਭੈਣ ਬੀਬੀ ਆਪਣਾ ਰਣਜੀਤ ਕੌਰ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਫੰਕਸ਼ਨਾਂ 'ਚ ਆ ਕੇ ਸਾਡਾ ਸਾਥ ਦਿੰਦੇ ਰਹੇ ਨੇ। ਸੋ ਸਾਨੂੰ ਵੀ ਉਹਨਾਂ ਦੇ ਪੈਰ ਪੂਰਿਆਂ 'ਤੇ ਚੱਲਣਾ ਚਾਹੀਦਾ, ਸਿੱਖਿਆ ਲੈਣੀ ਚਾਹੀਦੀ ਹੈ, ਸਮਾਜ ਸੇਵਾ ਦੇ ਵਿੱਚ ਸਾਡਾ ਵੀ ਥੋੜ੍ਹਾ ਬਹੁਤਾ ਜਿੰਨਾ ਵੀ ਯੋਗਦਾਨ ਪਾਉਣਾ ਚਾਹੀਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਬਹੁਤਾ ਦੁੱਖ ਜਾਹਰ ਕਰਨ ਦੀ ਗੱਲ ਨਹੀਂ ਕਰਦਾ, ਔਰ ਸਾਹਿਬ ਸੇਵਾ ਸਿੰਘ ਪਟਨ ਬਹੁਤ ਵਧੀਆ ਕਵਿਤਾਵਾਂ ਲਿਖਦੇ ਨੇ, ਕਿਤਾਬਾਂ ਲਿਖਦੇ ਨੇ, ਮੈਨੂੰ ਸਾਹਿਬ ਭਰਾ ਗੁਰਦਾਸੀ ਦੀ ਲਾਈਨ ਯਾਦ ਆਈ ਆ, ਜਦੋਂ ਉਹਨਾਂ ਨੇ ਲਾਸਟ ਰਹੂ ਜਗੋਰ ਸ਼ਹਿਰ ਕਪੂਰਾਂ ਲਿਖਿਆ ਕਿਤਾਬ, ਉਹਨਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਸੀ ਮੇਰੀ ਮੌਤ 'ਤੇ ਨਾ ਬੋਲੋ, ਮੇਰੀ ਸੋਚ ਨੂੰ ਉਤਾਰੋ। ਇਹੋ ਜਿਹੇ ਸ਼ਖਸੀਅਤ ਜਿਹੜੇ ਸਾਨੂੰ ਛੱਡ ਕੇ ਚਲੇ ਜਾਂਦੇ ਨੇ, ਔਰ ਉਹਨਾਂ ਦੀ ਸੋਚ ਆ ਉਹਨੂੰ ਬਚਾਉਣਾ, ਉਹਨੂੰ ਅੱਗੇ ਲੈ ਕੇ ਚੱਲਣਾ। ਮੈਂ ਤਾਂ ਅਮਕਿਆਲ ਸਾਥੀ ਨਾਲ ਇਹ ਵੀ ਆਪਣੇ ਮਨ ਦੇ ਵਿੱਚ ਵਿਚਾਰ ਕਰ ਰਿਹਾ ਸੀ, ਜਦੋਂ ਇਹਨਾਂ ਨੇ ਬਹੁਤ ਵੱਡੀ ਸਟੇਸ਼ਨ ਸਾਹਿਬ ਉਹਨਾਂ ਦੀ ਜ਼ਿੰਦਗੀ ਬਾਰੇ ਦੱਸਿਆ ਵੀ ਛੋਟੀ ਮੋਟੀ ਕੋਈ ਸੰਸਥਾ ਜਾਂ ਟਰੱਸਟ ਬਣਾ ਕੇ ਉਹਨਾਂ ਦੇ ਨਾਂ 'ਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਈਏ, ਤਾਂ ਹੀ ਇਹ ਸਹੀ ਸ਼ਰਧਾਂਜਲੀ ਹੋਊਗੀ, ਤਾਂ ਹੀ ਅਸੀਂ ਉਹਨਾਂ ਦੇ ਪੂਰੇ ਉੱਤੇ ਚੱਲ ਕੇ ਆਪਣੇ ਸਮਾਜ ਦੀ ਸੇਵਾ ਕਰ ਸਕਾਂਗੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਗੁਰੂ ਮਹਾਰਾਜ ਨੂੰ ਅਰਦਾਸ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾ ਦਿਓ, ਸ਼ਿਵ ਪਰਿਵਾਰ ਨੂੰ ਭਾਣਾ ਮੰਨਣ ਦਾ ਪ੍ਰਬਖਸ਼ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਇਦ ਇਹ ਕਿਵੇਂ ਕਰਦੇ ਕਿਸੇ ਨੂੰ ਯਕੀਨ ਨਹੀਂ ਆਉਂਦਾ,
ਪਰ ਤੁਸੀਂ ਵੱਖ ਵੱਖ ਬੁਲਾਰਿਆਂ ਨੇ ਸੁਣਿਆ, ਉਹਨਾਂ ਨੇ ਦੱਸਿਆ ਵੀ ਕਿ ਉਹ ਕੀ ਸਨ। ਪਰ ਜਿਵੇਂ ਸੰਤ ਰਾਮ ਦਾਸੀ ਜੀ ਦੀ ਗੱਲ ਕੀਤੀ ਹੈ ਵਕੀਲ ਸਾਹਿਬ ਨੇ, ਉਦੋਂ ਅੱਗੇ ਮੈਂ ਗੱਲ ਛੱਡਣਾ ਚਾਹੁੰਦਾ ਕਿ ਮੇਰੀ ਮੌਤ ਦੇ ਨਾਲ ਮੇਰੇ ਮੇਰੀ ਸੋਚ ਨੂੰ ਬਚਾਇਆ। ਇਸ ਭਾਵਨਾ ਨੂੰ ਇਸ ਪਰਿਵਾਰ ਇੱਕ ਅੱਗੇ ਵੀ ਕਰੋ। ਫਕਰ ਦੀ ਗੱਲ ਇਹ ਹੈ ਕਿ ਜਿਹੜਾ ਸੱਚ ਸੁਪਨਾ ਉਹ ਲੈ ਕੇ ਚੱਲਦੇ ਸੀ ਉਹੀ ਉਹਨਾਂ ਦੇ ਪਰਿਵਾਰ ਵਿੱਚ ਅੱਜ ਵੀ ਦਿਖਾਈ ਦੇ ਰਿਹਾ। ਜਿਵੇਂ ਕਿ ਉਹਨਾਂ ਦੀ ਬੇਟੀ ਗੁਰਸੀਰਤ ਕੌਰ ਜੋ ਕਿ ਡਿਪਟੀ ਐਡਵੋਕੇਟ ਜਨਰਲ ਵੀ ਰਹੇ ਨੇ, ਦਾ ਨਾਮ ਬਿੰਦਰਾ ਸਿੰਘ ਸੇਵਕ ਨੇ ਜਿਹੜੇ ਐਮ ਸੀ ਰਹੇ ਨੇ, ਦਿੱਲੀ ਬੇਟੀ ਹੈ। ਇਹਨਾਂ ਦੇ ਪਰਿਵਾਰ 'ਚ ਇੱਕ ਚੀਜ਼ ਜ਼ਰੂਰ ਹੈ, ਉਹ ਹੈ ਸੱਚਾ, ਸੱਚ ਨਾਲ ਲੜਨ ਦੀ ਤਾਕਤ ਜੋ ਜੱਜ ਸਾਹਿਬ ਨੇ ਇਹਨਾਂ ਵਿੱਚ ਘੁੱਟ ਘੁੱਟ ਕੇ ਭਰੀ ਹੋਈ ਹੈ। ਕਿਉਂਕਿ ਇੱਕ ਫੈਸਲਾ ਇਹੋ ਜਿਹਾ ਵੀ ਹੋਇਆ ਸੀ ਜੋ ਇਤਿਹਾਸ ਬਣ ਗਿਆ, ਕੇ ਪੀ ਐਸ ਗਿੱਲ ਨੂੰ ਸਿੱਧੀ ਅਖੰਡ ਆਪਣਾ ਰੁਕਨ ਦਿਓ ਨੂੰ ਜਾ ਕੇ ਕੋਈ ਸਜ਼ਾ ਨਹੀਂ ਦੇ ਰਿਹਾ ਸੀ, ਉਸ ਉਹਨਾਂ ਨੇ ਇੱਕ ਮਿਲੀਟਰ ਜੱਜ ਹੋਣ ਦਾ ਇੱਕ ਸੁਬੋਹ ਦਿੱਤਾ ਅਤੇ ਕੇ ਪੀ ਐਸ ਗਿੱਲ ਵਰਗੇ ਮਹਾਰਾਸ਼ਟਰ ਬੰਦੇ ਨੂੰ ਇੱਕ ਜੇਲ੍ਹ ਦੇ ਅੰਦਰ ਚਾਹੇ 6 ਦਿਨ ਭੇਜਿਆ ਭੇਜ ਕੇ ਜ਼ਰੂਰਤ ਦਿਖਾਈ, ਜਿਹਦੇ ਨਾਲ ਲੋਕਾਂ ਦਾ ਅਦਾਲਤਾਂ 'ਤੇ ਵਿਸ਼ਵਾਸ ਹੋ ਗਿਆ। ਇਹ ਜਿਹੇ ਜੱਜ ਜਿਵੇਂ ਕਿ ਅੱਜ ਮਾਹੌਲ ਹੈ, ਹਰ ਕੋਈ ਡਰਿਆ ਮਹਿਸੂਸ ਕਰ ਰਿਹਾ ਹੈ, ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਹਰ ਜਿਵੇਂ ਕਿ ਕਿਸਾਨ ਅੰਦੋਲਨ ਦੇ ਜਾਂ ਕੁਛ ਹੋਰ ਦੇ ਲਓ, ਅਸੀਂ ਅੱਜ ਵੀ ਮਨੁੱਖ ਸਿਰਫ ਕੁਛ ਇਹੋ ਜਿਹੀ ਜੱਜਾਂ ਕਰਕੇ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਸੇਫ ਹਾਂ, ਅਸੀਂ ਆਜ਼ਾਦ ਭਾਰਤ ਦੇ ਵਾਸ ਹਾਂ। ਮੈਂ ਗੱਲ ਉੱਥੋਂ ਲੈ ਕੇ ਤੁਸੀਂ ਸੋਚੋਗੇ ਕਿੱਧਰ ਨੂੰ ਕਿੱਧਰ, ਇੱਕ ਪੱਤਰਕਾਰ ਹੋਣ ਦੇ ਨਾਤੇ ਮੈਂ ਗੱਲ ਜ਼ਰੂਰ ਦੱਸਣਾ ਚਾਹੁੰਦਾ ਕਿ ਗੁਰਨਾਮ ਸਿੰਘ ਸੇਵਕ ਦੀ ਜਿਹੜੀ ਸੋਚ ਹੈ ਉਹ ਸਰੀਰਕ ਤੌਰ 'ਤੇ ਜ਼ਰੂਰ ਚਲੀ ਗਈ ਹੈ, ਪਰੰਤੂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਹੋਂਦ, ਉਹਨਾਂ ਦੇ ਜਿਹੜੇ ਗੁਣ ਨੇ ਉਹ ਅੱਜ ਵੀ ਮੌਜੂਦ ਨੇ। ਜਿਵੇਂ ਕਿ ਅੱਜ ਅਸੀਂ ਵਾਰ ਵਾਰ ਹਰ ਜਗ੍ਹਾ 'ਤੇ ਦੇਖਦੇ ਹਾਂ ਕਿ ਬੁੜਾਪਾ ਬਹੁਤ ਬਜ਼ੁਰਗ ਹੋ ਗਿਆ, ਬਿਮਾਰ ਹੋ ਗਿਆ, ਹੁਣ ਉੱਥੇ ਛੱਡਿਆ ਆਸ਼ਰਮ ਛੱਡਿਆ, ਪਰੰਤੂ ਇਸ ਪਰਿਵਾਰ ਨੇ ਪੀ ਜੀ ਆਈ ਵਿੱਚ ਇੰਨੀ ਸੇਵਾ ਕੀਤੀ ਹੈ, ਚਾਹੇ ਉਹ ਪੁੱਤ ਸੀ, ਚਾਹੇ ਧੀਆਂ ਸੀ, ਚਾਹੇ ਦੋਹਤੇ ਸੀ, ਚਾਹੇ ਪੋਤਾ ਸੀ, ਚਾਹੇ ਉਹਨਾਂ ਦੀ ਆਪਣੀ ਧਰਮ ਪਤਨੀ ਸੀ, ਜਿਹਨਾਂ ਨੂੰ ਮੈਂ ਆਪਣੀ ਅੱਖਾਂ ਦੇਖਿਆ, ਉਹ ਉਸ ਪਰਿਵਾਰ 'ਚ ਇੱਕ ਲਗਨ ਦੇਖੀ। ਅਤੇ ਇੱਕ ਵਾਰੀ ਮੇਰੀ ਮੈਂ ਬਾਹਰ ਗਿਆ ਤਾਂ ਨਰਸਿੰਗ ਨਾਲ ਚੱਲੀ ਸੀ ਤਾਂ ਕਹਿੰਦੀ ਮੈਂ ਇੱਕ ਚੀਜ਼ ਦੇਖੀ ਹੈ ਭਾਈ ਸਾਹਿਬ ਕਿ ਅੱਜ ਕੱਲ੍ਹ ਤਾਂ ਬਜ਼ੁਰਗ ਹੋਇਆ ਨੇ ਛੱਡ ਕੇ ਚਲੇ ਜਾਂਦੇ ਨਰਸਿੰਗ ਨਾਲ, 3 ਬੈੱਡ ਨਾਲ ਦੇ ਇਹੀ ਹਾਲ ਸੀ, ਪਰ ਇਹ ਪਰਿਵਾਰ ਪਿਛਲੇ 40 ਦਿਨ ਇੱਕ ਜਾਂਦਾ ਸੀ ਇੱਕ ਆਉਂਦਾ ਸੀ, ਇੱਕ ਵੀ ਇਹ ਨਹੀਂ ਸੀ ਜੇ 5 ਵਜੇ ਦੀ ਜਿਹਦੀ ਡਿਊਟੀ ਲੱਗੀ ਹੋਈ ਹੈ ਤਾਂ 4:59 ਦੇ ਆਪਣੀ ਡਿਊਟੀ 'ਤੇ ਆ ਜਾਂਦਾ ਸੀ, ਦੂਜਾ ਚਲਾ ਜਾਂਦਾ ਸੀ। ਇਹ ਬਹੁਤ ਵੱਡੇ ਪਰਿਵਾਰ ਦੀ ਸਾਡੇ ਲਈ ਮਿਸਾਲ ਹੈ। ਔਰ ਉਹਨਾਂ ਦੇ ਸੁਪਨੇ ਸਿਰਫ ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਉਹ ਚਾਹੁੰਦੇ ਨੇ ਕਿ ਪੂਰਾ ਸਮਾਜ ਹੀ ਇੱਕ ਇਹੋ ਜਿਹਾ ਹੋਵੇ ਜਿਸ ਵਿੱਚ ਕੋਈ ਗਰੀਬ ਨਾ ਹੋਵੇ, ਗਰੀਬ ਵਰਗਾ ਸ਼ਬਦ ਹੀ ਨਾ ਹੋਵੇ, ਇਨਸਾਫ ਸਾਨੂੰ ਮਿਲੇ, ਬੇਇਨਸਾਫੀ ਵਰਗਾ ਕੋਈ ਸ਼ਬਦ ਨਹੀਂ ਲੱਗ ਰਿਹਾ। ਇਸ ਬੰਦੇ ਨੇ ਉਹ ਮਹਾਨ ਸ਼ਖਸੀਅਤ ਨੂੰ ਅਸੀਂ ਮੋਹਾਲੀ ਪ੍ਰੈਸ ਕਲੱਬ ਵੱਲੋਂ ਆਪਣੇ ਦਿਲਾਂ ਦੀਆਂ ਗਹਿਰਾਈਆਂ ਤੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ। ਪਰ ਇੱਕ ਜਿਹਨੂੰ ਛੋਟੀ ਜਿਹੀ ਗੱਲ ਜ਼ਰੂਰ ਹੈ ਕਿ ਸਾਰਿਆਂ ਨੂੰ ਜਾਣਾ ਹੋਗਾ, ਉਹਨਾਂ ਬਾਰੇ ਨਾ ਕਹੀ ਤਾਂ ਸ਼ਾਇਦ ਕਿਤੇ ਨਾ ਕਿਤੇ ਸ਼ਬਦਾਂ ਨੂੰ ਘੱਟ ਰਹਿ ਗਈ। ਸਿਆਸਤਦਾਨ ਵਾਸਤੇ ਉਹ ਇੱਕ ਮਿਸਾਲ ਚਾਹੀਦੀ, ਕਿਉਂਕਿ ਸ਼ਾਇਦ ਉਹਨਾਂ ਨਾਲ ਮੇਰੀ ਸਿਆਸੀ ਜਿਹੜੀ ਪੜਚੋਲ ਹੁੰਦੀ ਸੀ, ਚਿੰਤਨ ਹੁੰਦਾ ਸੀ, ਕਾਫੀ ਦੇਰ ਰਹਿੰਦਾ ਸੀ। ਜੇ ਮੈਂ 2 ਦਿਨ ਬਾਹਰ ਵੀ ਜਾਣਾ ਉਹਨਾਂ ਨੂੰ ਫੋਨ ਕਰਕੇ ਆਉਣਾ, ਉਹਨਾਂ ਦੇ ਇੱਕੋ ਸ਼ਬਦ ਉਹਨਾਂ ਦੇ ਕਿੱਥੇ ਮਰ ਗਿਆ, ਮਤਲਬ ਪਿਆਰ ਸੀਗਾ ਅਤੇ ਉਹਨਾਂ ਨੂੰ ਜਾਣੀ ਜਾਣਾ। ਉਹਨਾਂ ਨੇ ਰਾਏਪੁਰ 'ਚ
ਲੋਕ ਸਭਾ ਦੇ ਇਲੈਕਸ਼ਨ ਦੀ ਤਿਆਰੀ ਸੀਗੀ ਪਰ ਬਿਮਾਰੀ ਹੋਣ ਕਰਕੇ ਉਹ ਅੱਗੇ ਨਹੀਂ ਅਸਾ ਇਹਦੇ ਕਾਂਗਰਸ ਨੂੰ ਟਿਕਟ ਦੇਣ ਵਾਸਤੇ ਵੀ ਤਿਆਰ ਸੀ ਅਤੇ ਨਾਲ ਨਾਲ ਜਿਹੜੀ ਉਹਨਾਂ ਨੇ ਪਾਰਟੀ ਬਣਾਈ ਸੀ ਉਹਨਾਂ ਵਿੱਚ ਵੀ ਉਹਨਾਂ ਦੇ ਇੱਕੋ ਜ਼ਜ਼ਬਾ ਸੀ ਕਿ ਜਿਹੜਾ ਸਿਆਸਤ ਹੈ ਨਾ ਗੰਦਲਾ ਪਾਇਆ ਉਹਨੂੰ ਜ਼ਰੂਰ ਕੀਤਾ ਅਤੇ ਅੱਜ ਉਹੀ ਹੋਕਾ ਅਸੀਂ ਸਾਰੇ ਇੱਕ ਲੈ ਕੇ ਜਾਈਏ ਕਿ ਉਹਦੇ ਫੁੱਲ ਉਹਦੀ ਫੋਟੋ ਤੱਕ ਸੀਮਤ ਨਾ ਰਹਿ ਜਾਈਏ ਅਸੀਂ ਵਧੀਆ ਸਮਾਜ ਸਿਰਜੀਏ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਊਗੀ ਇੰਨਾ ਕਹਿੰਦਾ ਹੋਇਆ ਮੈਂ ਸਾਡਾ ਪੂਰਾ ਜੋੜ ਕੇ ਧੰਨਵਾਦ ਕਰਾਂਗਾ ਅਤੇ ਇੱਕ ਦਰਬਾਰਾ ਸਿੰਘ ਗੁਰੂ ਜੀ ਵੀ ਆਏ ਸੀਗੇ ਉਹ ਵੀ ਕਿਤੇ ਜਾਣਾ ਸੀਗਾ ਅਤੇ ਕੁਛ ਹੋਰ ਸਿਆਸਤਦਾਨ ਵੀ ਆਏ ਸੀ ਅਕਾਲੀ ਦਲ ਵੱਲੋਂ ਵੀ ਜਨਰਲ ਸੈਕਟਰੀ ਸੀਗੇ ਉਹਨਾਂ ਦੇ ਉਹ ਵੀ ਮਿੱਤਰ ਸੀ ਉਹ ਵੀ ਆ ਕੇ ਚਲੇ ਗਏ ਅਤੇ ਉਹਨਾਂ ਵੱਲੋਂ ਵੀ ਮੈਂ ਪੂਰੇ ਪਰਿਵਾਰ ਨਾਲ ਅਤੇ ਆਲ ਇੰਡੀਆ ਡੈਮੋਕ੍ਰੈਟਿਕ ਯੂਥ ਆਰਗਨਾਈਜੇਸ਼ਨ ਆਫ ਇੰਡੀਆ ਵੱਲੋਂ ਵੀ ਮੈਂ ਉਹਨਾਂ ਦਾ ਇਹਨਾਂ ਦੇ ਪਰਿਵਾਰ ਨਾਲ ਖੜ੍ਹਨ ਲਈ ਹਮੇਸ਼ਾ ਸੰਕਲਪ ਲੈਂਦਾ ਹਾਂ ਅਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੇਅਰਮੈਨ ਆਈ ਡੀ ਸਿੰਘ ਸੁਰਿੰਦਰ ਸਿੰਘ ਪ੍ਰੈਜੀਡੈਂਟ ਅਮਨਜੀਤ ਸਿੰਘ ਗੁਲਾਟੀ ਅਤੇ ਗੁਰਵਿੰਦਰ ਸਿੰਘ ਜਿਹੜੇ ਕਿ ਮੈਚ ਸੈਕਟਰੀ ਹੈ ਅਸੀਂ ਵੀ ਪਰਿਵਾਰ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਦੁੱਖ ਸਾਂਝਾ ਕੀਤਾ ਸਾਡੇ ਨਾਲ ਅਤੇ ਅੰਤ ਵਿੱਚ ਤੁਸੀਂ ਸ਼ਾਇਦ ਥੋੜ੍ਹੇ ਜਿਹੇ ਹੈਰਾਨ ਹੋਵੋਗੇ ਕਿ ਸਟੇਟ ਸੈਕਟਰੀ ਕੌਣ ਹੈ ਮੈਂ ਥੋੜ੍ਹੀ ਜਿਹੀ ਇੰਟਰੋਡਕਸ਼ਨ ਆਪਣੇ ਬਾਰੇ ਦੇਣਾ ਚਾਹੁੰਦਾ ਕਿ ਮੈਂ ਪਿੰਡ ਚੱਪੜਚਿੜੀ ਤੋਂ ਜ਼ੋਰਾ ਸਿੰਘ ਭੁੱਲਰ ਹਾਂ ਅਤੇ ਜਿਵੇਂ ਸਮਾਜ ਪ੍ਰਤੀ ਤੁਸੀਂ ਲੋਕ ਇੱਥੇ ਇਕੱਠੇ ਹੋਏ ਹਾਂ ਉਹਨਾਂ ਦੇ ਸਮਾਜ ਪ੍ਰਤੀ ਕੰਮਾਂ ਪਿੱਛੇ ਰਿਸ਼ਤੇਦਾਰਾਂ ਪਿੱਛੇ ਅਤੇ ਮੈਂ ਵੀ ਕੋਸ਼ਿਸ਼ ਕਰਦਾ ਰਹਿੰਦਾ ਮੈਂ ਸਾਡੇ ਸਕੂਲ ਨਾਭੇ ਤੋਂ ਬੀ ਪੀ ਐੱਸ ਤੋਂ ਪੜ੍ਹਿਆ ਕਾਫੀ ਵਧੀਆ ਐਜੂਕੇਸ਼ਨ ਲਈ ਹੈ ਪਰ ਗੁਰਬਾਣੀ ਦੀ ਤੁਕ ਹੈ ਨੱਕ ਨੱਕ ਬਸ ਮਹਿਲ ਤਿਰਥ ਤੱਕੇ ਦੇ ਜਹਾਂ ਦਾਣੇ ਵਹਾਂ ਖਾਣੇ ਨਾਨਕ ਸਰ ਜਿਹੇ ਮੈਂ ਪਿੰਡ ਦਾ ਸਰਪੰਚ ਰਿਹਾ 12-15 ਸਾਲ ਅਤੇ ਬੈਸਟ ਵਿਲੇਜ ਬੈਸਟ ਸਰਪੰਚ ਦਾ ਅਵਾਰਡ ਵਰਲਡ ਐੱਸ ਐੱਸ ਏ ਤੋਂ ਵੀ ਲਿਆ ਅਤੇ ਸਮਾਜ ਸੇਵਾ ਦੇ ਵਿੱਚ ਮੈਂ ਕਹੂੰਗਾ ਸਭ ਤੋਂ ਵੱਡਾ ਯੋਗਦਾਨ ਜੀ ਮੈਂ ਆਪਣੇ ਇਲਾਕੇ ਖਾਤਰ ਪਾ ਸਕਿਆ ਇਹ ਬੰਦੇ ਬਹਾਦਰ ਦੀ ਜਿਹੜੀ ਯਾਦਗਾਰ ਹੈ ਚੱਪੜਚਿੜੀ ਨੂੰ ਅਤੇ ਇਹ ਇੱਕ ਮੈਂ ਕਹੂੰਗਾ ਮੇਰੀ ਦੇਣ ਹੈ ਕਿ ਮੈਂ ਸਮਾਜ ਨੂੰ ਇੱਕ ਜਿਹੜਾ ਐਡੀ ਵੱਡੀ ਮੈਂ ਕਹੂੰਗਾ ਕੁਰਬਾਨੀ ਸੀ ਬੰਦੇ ਬਹਾਦਰ ਦੀ ਅਤੇ ਉਹ ਆਪਣੇ ਇਸ ਇਲਾਕੇ ਦੀ ਮੈਂ ਕਹੂੰਗਾ ਬਹੁਤ ਵੱਡੀ ਦੇਣ ਹੈ ਅਤੇ ਅੱਜ ਮੈਂ ਸਿਰਫ ਆਪ ਦੇ ਪ੍ਰਤੀ ਸਾਰਿਆਂ ਦਾ ਜੋ ਇੱਥੇ ਆਏ ਨੇ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਵੀ ਸਨ ਬਹੁਤ ਮਾਣਯੋਗ ਉਹਨਾਂ ਦੇ ਸਹਿਯੋਗੀ ਵੀ ਆਏ ਨੇ ਮਿੱਤਰ ਪਿਆਰੇ ਆਏ ਨੇ ਪਰਿਵਾਰ ਦੇ ਮੈਂਬਰ ਵੀ ਇੱਥੇ ਆਏ ਨੇ ਮੈਂ ਮਾਣ ਸਮਝਦਾ ਉਹਨਾਂ ਵਿੱਚੋਂ ਇਹਨਾਂ ਦੇ ਪਰਿਵਾਰ ਵਿੱਚੋਂ ਇੱਕ ਪਰਿਵਾਰ ਸਾਡੇ ਪਿੰਡ ਵੀ ਜਾ ਕੇ ਵੱਸ ਗਿਆ ਸਰਦਾਰ ਗੁਰਵੀਰ ਸਿੰਘ ਜੀ ਸੇਵਕ ਜਿਹੜੇ ਨੈਸ਼ਨਲ ਐਡਵੋਕੇਟ ਜਨਰਲ ਨੇ ਅਤੇ ਉਹਨਾਂ ਨੇ ਮੇਰੀ ਡਿਊਟੀ ਲਾਈ ਸੀ ਉਹ ਦਿੱਲੀ ਚਲੇ ਗਏ ਉਹਨਾਂ ਨੇ ਆਉਣਾ ਸੀ ਇਹ ਸੇਵਾ ਉਹਨਾਂ ਨੇ ਨਿਭਾਉਣੀ ਸੀ ਪਰ ਉਹ ਕਿਸੇ ਕਾਰਨ ਕਰਕੇ ਦਿੱਲੀ ਜਾਣਾ ਪੈ ਗਿਆ ਅਤੇ ਉਹਨਾਂ ਦੀ ਡਿਊਟੀ ਮੈਂ ਨਿਭਾਈ ਹੈ ਅਤੇ ਅੰਤ ਵਿੱਚ ਫਿਰ ਮੈਂ ਉਹੀ ਗੱਲ ਕਹਿਣਾ ਵਿਰਥੀ ਨਾ ਜਾਏ ਜਨ ਕੀ ਅਰਦਾਸ ਆਪ ਜੀ ਦੀ ਕੀਤੀ ਹੋਈ ਅਰਦਾਸ ਅਤੇ ਸਾਰਿਆਂ ਨੇ ਪਰਿਵਾਰ ਨਾਲ ਜਿਨ੍ਹਾਂ ਨੇ ਦੁੱਖ ਸਾਂਝਾ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿਵਾਰ ਵੱਲੋਂ ਬੇਨਤੀ ਹੈ ਕਿ ਕਿਸੇ ਵੀ ਰਿਸ਼ਤੇਦਾਰ ਸਕੇ ਸੰਬੰਧੀ ਜੋ ਵੀ ਇੱਥੇ ਹਾਜ਼ਰ ਨੇ ਸਾਰਿਆਂ ਨੇ ਲੰਗਰ ਦੇ ਹੇਠਾਂ ਦੂਜੇ ਪਾਸੇ ਲੱਗਿਆ